देश दुनिया च वसते पंजाबियों जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। जी आया जी, बहुत बहुत शुक्रिया रंधावा जी। सारे नु सत श्री अकाल जी। कल पूरा दिन सत्ता दियां अंदरलियां सफां दे विच इको सरमुसर हुंदी रही कि सुखपाल सिंह खहरा नूं फड़न दा फैसला किहदा सीगा और ये क्यों लिया गया, इहदी लोड़ की सी, बैठे बिठाया सरकार दे खिलाफ लोक मना च कुड़त्थन भरन दा किने फैसला कीता, सुखपाल सिंह खहरा नूं हीरो बनाउण दी स्थिति किने पैदा कीती, इस सवाल दे उत्ते मूंह खोलण लई कोई तैयार नहीं। पर अंदर खाते जदों गल हुंदी रही पत्रकारां नाल बहुत सारे आगू अफसर सत्ता दे विच अंदर तोर अंदर बैठे लोग भी ये समझण दा यतन करदे रहे कि ये फायदेमंद के नुकसानदायक। इहदे ते चलदे आ, सुखपाल सिंह खहरा व्यक्तिगत तौर ते काफी ज्यादा लोग हमदर्दी लैण च सफल होया और जो मामला अज 29 तरीक है, 29 तरीक नूं एक पूरा महीना उन्हां दो अफसरां नूं जिन्हां नूं मुअत्तल कीता गया होवे, लंघे दिन ही अजे एक दिन पहला ही असीं जिक्र कीता सी कि एक IAS अधिकारियां दा सीनियर अफसरां दा एक वफद मिलिया सी, एक छोटी जी उकाई हो गई सी, वह मुख्यमंत्री नूं नहीं सी मिलिया, वह चीफ सैकटरी नूं मिलिया सी, जिन्हां ने यह गिला कीता सी कि मुख्यमंत्री पंचायतां भंग करन दे मामले च जिहड़ी टैक्नीकल गलती हुई है उन्हों लैके उन्हें खफा नहीं सी, जिन्हें फाइलां लीक हुई लीक हुए पेपर उन्हां करके खफा सी। सो वह गल अगे वधाउंदे आ कि अज की होगा, अब तेरा क्या होगा कालिया। सवाल अगला भी बड़ा अहम आ कि जदों मनजिंदर सिंह लालपुरा खडूर साहब दे MLA सिटिंग MLA और SSP गुरमीत सिंह चौहान दोनों च रफड़ वध है तां SSP दी बदली करके बजाए किसी जांच नूं बिठा के उहदी बजाए सीधी बदली करके की माइनिंग वर्गे सेंसिटिव मामले दे उत्ते एक सुनेहा नहीं लाता गया SSP नूं कि MLA दे नाल रल के चलो, ਇਹ ਸਾਰੇ ਨਾਲ ਇੱਕ ਜਿਹੜਾ ਸੁਨੇਹਾ ਜਾ ਰਿਹਾ ਉਹਦੇ ਤੇ ਵੀ ਫਿਰ ਚਰਚਾ ਹੋ ਰਹੀ ਹੈ। ਜਿੱਦਾਂ ਦੋ ਪੰਚਾਇਤ ਦੇ ਵੱਡੇ ਅਧਿਕਾਰੀ ਸਸਪੈਂਡ ਕਰਨ ਤੋਂ ਬਾਅਦ ਇਹ ਰੌਲਾ ਪੈਣ ਲੱਗ ਪਿਆ ਸੀ ਅਫਸਰਸ਼ਾਹੀ 'ਚ ਕਿ ਹੁਣ ਤਾਂ ਫਿਰ ਦਸਤਖਤ ਨਾ ਕਰੀਏ, ਕੀ ਹੁਣ ਪੁਲਿਸ ਦੇ ਵਿੱਚ ਵੀ ਇਹ ਪੁਰਾਣੀ ਰਵਾਇਤ ਕਿ ਯਾਰ ਰਲ ਕੇ ਚੱਲੋ MLA ਤੋਂ ਬਿਨਾਂ ਗੁਜ਼ਾਰਾ ਨਹੀਂ। ਮੁਕਤਸਰ ਸਾਹਿਬ ਦੇ ਵਿੱਚ ਜਿਹੜੀ ਇੱਕ ਵਕੀਲ ਨਾਲ ਅਣਮਨੁੱਖੀ ਘਟਨਾ ਦਾ ਜ਼ਿਕਰ ਹੋਇਆ ਉਹਦੇ ਵਿੱਚ ਜਿਹੜੇ ਬੰਦੇ ਬਦਲੇ ਗਏ ਨੇ, ਹੁਣ ਹਰਮਨਵੀਰ ਗਿੱਲ ਜਿਹੜੇ ਡਿੰਪੇ ਦੇ ਛੋਟੇ ਭਰਾ ਨੇ ਉਹਨਾਂ ਨੂੰ ਵੀ ਬਦਲਤਾ ਗਿਆ, ਇੱਥੇ ਵੀ ਬੜੀ ਸਿਆਸਤ ਹੁੰਦੀ ਰਹੀ ਕਿ ਉੱਧਰ ਤਾਂ ਤੁਸੀਂ ਸਿਆਸੀ ਪੰਗਿਆਂ 'ਚ ਹੋ ਤੇ ਇੱਧਰ ਤੁਸੀਂ ਭਰਾ ਨੂੰ SSP ਲਾਇਆ, ਲੱਤ ਤਾਂ ਲਓ ਹੁਣ ਜਿਨ੍ਹਾਂ ਦੇ ਮੁਸ਼ਕਲ ਸੀ ਉਹਨਾਂ ਨੂੰ ਦੂਰ ਹੋ ਗਈ ਜੇ, ਪਰ ਮੁਕਤਸਰ ਦੇ ਵਿੱਚ ਜਿਨ੍ਹਾਂ ਨੂੰ ਸਸਪੈਂਡ ਕਰਤਾ ਗਿਆ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਉੱਤੇ ਕੀ ਸਿੱਧੂ ਸਾਹਿਬ ਦੀ ਜਾਂਚ ਵਿੱਚ ਕੋਈ ਰਿਪੋਰਟ ਆਈ ਕਿ ਨਹੀਂ, ਇਹ ਸਾਰੇ ਮਾਮਲੇ ਲੈਂਦੇ ਆ। ਹਰਿਆਣੇ ਕਮੇਟੀ ਨੂੰ ਲੈ ਕੇ ਹਾਈਕੋਰਟ 'ਚ ਇੱਕ ਮਾਮਲਾ ਪਹੁੰਚਿਆ ਔਰ ਇਸੇ ਤਰ੍ਹਾਂ ਸੁਖਰਾਜ ਸਿੰਘ ਨੇ ਮਰਨਵਰਤ ਦੀ ਗੱਲ ਕੀਤੀ ਆ ਬੇਅਦਬੀ ਮਾਮਲਿਆਂ ਦੇ ਵਿੱਚ, ਕਿਸਾਨਾਂ ਨੇ ਕੱਲ ਰੇਲਾਂ ਜਾਮ ਕਰਕੇ ਰੱਖਤੀਆਂ ਸਵਾਮੀਨਾਥਨ ਨਹੀਂ ਰਹੇ, ਸਾਰੀਆਂ ਗੱਲਾਂ ਪਹਿਲਾਂ ਇੰਦਰਪ੍ਰੀਤ ਜੀ ਸਾਂਝ ਪਵਾਓ, ਸੱਤਾ ਦੇ ਗਲਿਆਰਿਆਂ 'ਚ ਚੱਲ ਕੀ ਰਿਹਾ, ਆਖਿਰ ਇਹ ਸਵਾਲ ਇੰਨਾ ਕਿਉਂ ਘੁੰਮਿਆ ਕਿ ਕੀ ਲੋੜ ਸੀ ਖਹਿਰੇ ਨੂੰ ਫੜਨ ਦੀ, ਇੰਝ ਲੱਗਦਾ ਜਿੱਦਾਂ ਸੱਤਾ 'ਚ ਡੈਂਟ ਜਿਹਾ ਪਿਆ ਲੱਗਦਾ, ਕੀ ਕਹਿੰਦੇ ਰੰਧਾਵਾ ਸਾਹਿਬ? ਮੈਂ ਕੱਲ ਵੀ ਇਹ ਗੱਲ ਕੀਤੀ ਸੀਗੀ ਕਿ ਬੈਠੇ ਬਿਠਾਏ ਇਹ ਇੱਕ ਪਲੇਟ 'ਚ ਪਾ ਕੇ ਮੁੱਦਾ ਜਿਵੇਂ ਹੁੰਦਾ ਨਾ ਉਹ ਵਿਰੋਧੀ ਧਿਰਾਂ ਨੂੰ ਦਿੱਤਾ ਤੇ ਸਾਰੀਆਂ ਵਿਰੋਧੀ ਧਿਰਾਂ ਲਗਭਗ ਸਾਰੀਆਂ ਘਟੀਆਂ ਨੇ, ਚਾਹੇ ਇਹਦੇ ਵਿੱਚ ਧੁਰ ਵਿਰੋਧੀ ਖਹਿਰੇ ਦੇ ਵੀ ਧੁਰ ਵਿਰੋਧੀ ਬੰਦੇ ਹੋਣ ਉਹ ਵੀ ਬਿਲਕੁਲ ਇਕੱਠੇ ਹੋ ਗਏ ਹੈ ਕੱਲ। ਠੀਕ ਹੈ, ਕਿਉਂਕਿ ਸ਼ੁੱਕਰਵਾਰ ਨੂੰ ਤੁਹਾਨੂੰ ਪਤਾ ਕਿ ਵਿਧਾਨ ਸਭਾ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਇੱਥੇ ਵਿਧਾਨ ਸਭਾ 'ਚ, ਜੇ ਇੱਕ ਦਿਨ ਪਹਿਲਾਂ ਹੀ ਜਿਹੜੇ ਹੈਗੇ ਆ ਉਹ MLA ਆਪਣੇ ਆਪਣੇ ਫਲੈਟਾਂ 'ਚ ਆ ਜਾਂਦੇ ਆ ਤਾਂ ਉਦੋਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਉਹਨਾਂ ਨਾਲ, ਫਿਰ ਕਿ ਜੀ ਕੀ ਹੋਇਆ ਇਹ ਸਾਰੇ 'ਚ। ਉਹ ਸਾਨੂੰ ਪੁੱਛ ਰਹੇ ਸੀਗੇ ਕਿ ਤੁਹਾਨੂੰ ਕੀ ਲੱਗ ਰਿਹਾ ਯਾਰ ਵੀ ਸਾਡੀ ਪਾਰਟੀ ਨੇ ਗਲਤੀ ਕੀਤੀ ਹੈ ਕਿ ਸਾਡੀ ਸਰਕਾਰ ਨੇ ਠੀਕ ਕੀਤਾ। ਸੋ ਮੈਨੂੰ ਇਹ ਅਸੀਂ ਜਦੋਂ ਚਰਚਾ ਕਰ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਖਹਿਰਾ ਸਾਹਿਬ ਨੂੰ ਬਿਨਾਂ ਗੱਲੋਂ ਹੀਰੋ ਬਣਾਤਾ ਗਿਆ ਸਰਕਾਰ ਨੇ, ਇਹਦੀ ਲੋੜ ਨਹੀਂ ਸੀਗੀ। ਅਸੀਂ ਜਿਵੇਂ ਕੱਲ ਵੀ ਮੈਂ ਕਿਹਾ ਸੀਗਾ ਵੀ ਖਹਿਰਾ ਸਾਹਿਬ ਪਿਛਲੇ ਕਈ ਦਿਨਾਂ ਤੋਂ ਬਹੁਤ ਛੋਟੇ ਇਸ਼ੂ ਚੱਕ ਕੇ ਬਿਲਕੁਲ ਨਿੱਜੀ ਹੋ ਰਹੇ ਆ, ਜਦਕਿ ਉਹਨਾਂ ਦੀ ਕਪੈਸਿਟੀ ਬਹੁਤ ਵੱਡੇ ਇਸ਼ੂਸ ਚੱਕਣ ਦੀ ਹੈਗੀ ਹੈ। ਉਹ ਵੱਡੇ ਇਸ਼ੂਸ ਨਹੀਂ ਚੱਕ ਰਹੇ, ਛੋਟੇ ਛੋਟੇ ਇਸ਼ੂਸ ਚੱਕ ਕੇ ਇੱਕ ਵਿਰੋਧ ਦੀ ਰਾਜਨੀਤੀ ਕਰ ਰਿਹਾ, ਵਿਰੋਧ ਵਾਲੀ ਵਿਰੋਧ ਦੀ ਰਾਜਨੀਤੀ। ਸੋ ਕੱਲ ਲੇਕਿਨ ਜਿਹੜਾ ਹੋਇਆ ਜਿਸ ਤਰੀਕੇ ਨਾਲ ਹੋਇਆ ਉਹ ਸਾਰੇ ਨੂੰ ਲੈ ਕੇ ਪਾਰਟੀ ਦੇ ਅੰਦਰ ਵੀ ਬਹੁਤ ਹੀ ਕੋਈ ਜਿਹਨੂੰ ਕਹਿੰਦੇ ਨਾ ਵੀ ਖੁਸ਼ੀ ਨਹੀਂ ਹੈ ਕਿ ਹਾਂ ਜੀ ਅਸੀਂ ਇੱਕ ਬਹੁਤ ਆਪਣਾ ਵਿਰੋਧੀ ਜਿਹੜਾ ਸਾਡਾ ਪ੍ਰਤੀਦਵੰਦੀ ਸੀਗਾ ਉਹਨੂੰ ਚੱਕ ਕੇ ਅਸੀਂ ਅੰਦਰ ਕਰਤਾ। ਉਹਦੇ ਨਾਲ ਇਹ ਗਿਆ ਕਿ ਨਹੀਂ ਇਹ ਜੋ ਫੈਸਲਾ ਹੋਇਆ ਇਹਦੇ ਨਾਲ ਸਾਰਾ ਤੁਸੀਂ, ਮੈਂ ਕੱਲ ਚਾਹੇ ਟਵਿੱਟਰ ਦੇਖਿਆ, ਬਹੁਤ ਕੱਲ ਟਵਿੱਟਰ ਦੇਖਿਆ, ਫੇਸਬੁੱਕ ਵੀ ਤੁਸੀਂ ਦੇਖੋ ਸਭ ਭਰੀਆਂ ਪਈਆਂ ਨੇ
ਇਸੇ ਨਾਲ ਉਹ ਸਾਰੇ ਔਰ ਉਹਨਾਂ ਥੱਲੇ ਜਿਹੜੇ ਕਮੈਂਟਸ ਆ ਰਹੇ ਨੇ, ਕਮੈਂਟਸ ਵੀ ਅਗਰ ਤੁਸੀਂ ਉਹਨਾਂ ਨੂੰ ਪੜ੍ਹੋ ਤਾਂ ਉਹ ਕਿਤੇ ਨਾ ਕਿਤੇ ਇੱਕ ਆਪਾਂ ਨੂੰ ਲੱਗਦਾ ਨਾ ਕਿ ਕੋਈ ਇੱਕ ਦਿਸ਼ਾ ਦੇ ਰਹੇ ਨੇ ਕਿ ਯਾਰ ਲੋਕੀ ਸੋਚ ਰਹੇ ਨੇ ਥੱਲੇ। ਸੋ ਸਾਰੇ ਹੀ ਬੰਦੇ ਜਿਹੜੇ ਸੀਗੇ ਉਹ ਈਵਨ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਵੀ ਨੇ ਉਹ ਵੀ ਇਹ ਕਹਿ ਰਹੇ ਸੀਗੇ ਕਿ ਯਾਰ ਨਹੀਂ ਇਹ ਠੀਕ ਨਹੀਂ ਹੋਇਆ, ਅਸੀਂ ਬੈਠੇ ਬਿਠਾ ਇੱਕ ਮੁੱਦਾ ਦੇ ਕੇ ਉਹਨੂੰ ਸੁਖਪਾਲ ਖਹਿਰਾ ਨੂੰ ਹੀਰੋ ਬਣਾਤਾ ਹੈ। ਪਾਰਟੀ ਨੂੰ ਇੱਕ ਚੀਜ਼ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਉਹ ਅਧੂਰੀ ਥੋੜੀ ਰਹਿ ਗਈ ਮੈਨੂੰ ਲੱਗਦਾ, ਜਦੋਂ ਤੁਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਬਹੁਤ ਵਿਅਕਤੀਗਤ ਮੁੱਦੇ, ਨਿੱਜੀ ਮੁੱਦੇ ਉਠਾਏ ਜਾ ਰਹੇ, ਇਸ ਦੇ ਵਿਆਹ ਨੂੰ ਲੈ ਕੇ, ਮੁੰਦਰੀਆਂ ਨੂੰ ਲੈ ਕੇ, ਉਹ ਬਹੁਤ ਛੋਟੇ ਲੈਵਲ ਦੇ ਬੰਦੇ ਉਠਾ ਸਕਦੇ ਆ ਇਹੋ ਜਿਹੀਆਂ ਗੱਲਾਂ, ਸੋਸ਼ਲ ਮੀਡੀਆ ਤੇ ਚੰਗੀਆਂ ਲੱਗਦੀਆਂ ਨੇ। ਖਹਿਰਾ ਵਰਗੇ ਬੰਦੇ ਦੇ ਜਦੋਂ ਇਹ ਗੱਲ ਉਹ ਕਰ ਰਹੇ ਸੀ ਤੇ ਜਦੋਂ ਇਹ ਸਵਾਲ ਉੱਠਿਆ ਉਸ ਤੋਂ ਇਹਦਾ ਮਤਲਬ ਸਰਕਾਰ ਉਸ ਤੋਂ ਵੀ ਨੀਵੀਂ ਡਿੱਗ ਪਈ, ਮਤਲਬ ਜਿਸ ਬੰਦੇ ਦੀ ਆਲੋਚਨਾ ਹੋ ਰਹੀ ਸੀ ਉਹਦੀ ਇਮੇਜ ਧਰਾਸ਼ਾਈ ਹੋ ਰਹੀ ਸੀਗੀ, ਉਸ ਇਮੇਜ ਦੇ ਸਮਾਨਾਂਤਰ ਸਰਕਾਰ ਉਹਦੇ ਨਾਲ ਉਹ ਨੀਵੇਂ ਹਥਿਆਰਾਂ ਤੇ ਆ ਗਈ। ਪਰ ਮੈਂ ਇੱਕ ਜਿਹੜਾ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ, ਸਵਾਲ ਇਹ ਹੈ ਕਿ ਆਮ ਸਿਆਸੀ ਲੋਕ ਜਿਹੜੇ ਲੋਕ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਜਾਣਦੇ ਆ, ਤਰੀਕੇ ਨੂੰ, ਖਾਸ ਤੌਰ ਤੇ ਆਮ ਆਦਮੀ ਪਾਰਟੀ 'ਚ ਉਹਨਾਂ ਨਾਲ ਵਿਚਰਨ ਵਾਲੇ, ਉਹ ਦੱਬੀ ਸੁਰ 'ਚ ਕਹਿੰਦੇ ਨੇ ਕਿ ਭਗਵੰਤ ਮਾਨ ਇੰਨੇ ਅਨਾੜੀ ਸਿਆਸੀ ਪਲੇਅਰ ਨਹੀਂ ਗੇ, ਉਹ ਜੇਕਰ ਬਹੁਤ ਪਿੱਛੋਂ ਚੱਲ ਕੇ ਇਸ ਅਹੁਦੇ ਤੱਕ ਆਏ ਆ ਤੇ ਦਰਮਿਆਨ ਚੋਂ ਕਈ ਬੰਦੇ ਹਟਦੇ ਗਏ ਨੇ ਜਾਂ ਹਟਾ ਤੇ ਗਏ ਨੇ, ਤਾਂ ਉਹ ਸੁਖਪਾਲ ਸਿੰਘ ਖਹਿਰਾ ਨੂੰ ਇੰਨੀ ਉਹ ਉਹਦੀ ਨਹੀਂ ਹਾਈਪ ਬਣਾ ਸਕਦੇ ਸੀਗੇ। ਇਹ ਫੈਸਲਾ ਕੀ ਭਗਵੰਤ ਮਾਨ, ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਕਿ ਕੀ ਇਹ ਫੈਸਲਾ ਭਗਵੰਤ ਮਾਨ ਦਾ, ਜਦੋਂ ਭਗਵੰਤ ਮਾਨ ਨੂੰ ਪਤਾ ਹੈ ਕਿ 2015 ਤੋਂ ਲੈ ਕੇ ਹੁਣ ਤੱਕ ਸੁਖਪਾਲ ਸਿੰਘ ਖਹਿਰੇ ਦੇ ਉੱਤੇ ਇਹ ਇਲਜ਼ਾਮ ਲੱਗਣ ਦੇ ਬਾਵਜੂਦ ਉਹਦੇ ਉੱਤੇ ਇਹ ਪੇਸਟ ਨਹੀਂ ਹੋਇਆ, ਇਹ ਟੈਗ ਨਸ਼ਾ ਤਸਕਰ ਵਾਲਾ, ਸਮਗਲਿੰਗ ਦੇ ਨਾਲ ਜੁੜੇ ਮੁੱਦਿਆਂ ਵਾਲਾ, ਇਹ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਏਦਾਂ ਨਹੀਂ ਜਾਣਦਾ ਕਿ ਯਾਰ ਇਹ ਤਾਂ ਨਸ਼ੇ ਦਾ ਵਪਾਰੀ ਆ, ਇਹ ਨਸ਼ੇ ਦੇ ਵਪਾਰੀਆਂ ਨਾਲ ਜੁੜਿਆ, ਕੋਈ ਨਹੀਂ। ਭਗਵੰਤ ਮਾਨ ਨੂੰ ਪਤਾ ਸੀਗਾ ਕਿ ਇਹ ਜੋੜਿਆ ਨਹੀਂ ਜਾ ਸਕਣਾ, ਭਾਵੇਂ ਜਿੱਡੇ ਮਰਜ਼ੀ ਇਲਜ਼ਾਮ ਲਾ ਲਈਏ। ਫਿਰ ਇਹੋ ਜਿਹੇ ਵਿਅਕਤੀ ਜਿਹੜੇ ਕਿ ਬੜੀ ਸੋਚ ਸਮਝ ਨਾਲ, ਦੂਰਅੰਦੇਸ਼ੀ ਨਾਲ, ਸਭ ਤੋਂ ਸਿਖਰਲੀ ਪੋਲੀਟੀਕਲ ਇਸ ਸਟੇਟ ਦੀ ਸਭ ਤੋਂ ਸਿਖਰਲੀ ਸੱਤਾ ਹਾਸਲ ਕਰ ਗਏ, ਸੋ ਮੈਨੂੰ ਇਹ ਜ਼ਰੂਰ ਸਮਝਾ ਦਿਓ ਕਿ ਇਹ ਸੱਚਮੁੱਚ ਬਹਿਸ ਕਾਫੀ ਅੱਗੇ ਵਧੀ ਕਿ ਕੀ ਫੈਸਲਾ ਭਗਵੰਤ ਮਾਨ ਦਾ ਹੈ, ਉਹ ਆਪਣੇ ਸਭ ਤੋਂ ਵੱਡੇ ਸ਼ਰੀਕ ਨੂੰ ਆਪਣੀ ਜਗ੍ਹਾ ਲੈਣ ਲਈ ਇੱਕ ਮੌਕਾ ਕਿਉਂ ਦੇਣਗੇ ਕਿ ਜਿੱਦਾਂ ਮੈਨੂੰ ਲੋਕਾਂ ਨੇ ਇਸੇ ਤਰ੍ਹਾਂ ਦੀ ਹਵਾ ਦੇ ਰੁੱਖ ਨਾਲ ਉੱਪਰ ਚਾੜਿਆ, ਕੱਲ ਨੂੰ ਮੈਨੂੰ ਪਾਸੇ ਰੱਖ ਕੇ ਇਹੀ ਮੁੱਦੇ ਤਾਂ ਭਾਵੇਂ ਉਹ ਆਪਣੀਆਂ ਕੈਸਟਾਂ ਵਿੱਚ ਉਠਾਉਂਦੇ ਰਹੇ ਜਾਂ ਆਮ ਸੱਥਾਂ 'ਚ ਭਾਵੇਂ ਗੱਡੀ ਦਾ ਉਹ ਬਣਾ ਲੈਂਦੇ ਰਹੇ ਸਟੇਜ, ਇਹੀ ਮੁੱਦੇ ਇਸੇ ਲਹਿਜੇ 'ਚ ਇਹਦੇ ਨਾਲੋਂ ਜ਼ਿਆਦਾ ਸਟੀਕ ਢੰਗ ਨਾਲ ਭਗਵੰਤ ਮਾਨ ਉਠਾ ਕੇ ਇਸ ਕੁਰਸੀ ਤੱਕ ਆਏ ਆ ਕਿ ਆਪਣੇ ਵਰਗੀ ਸ਼ੈਲੀ ਵਾਲੇ ਬੰਦੇ ਨੂੰ ਉਹ ਮੌਕਾ ਦੇਣਗੇ ਕਿ ਲੈ ਮੇਰੀ ਕੁਰਸੀ ਨੂੰ ਹੱਥ ਪਾਲਾ ਹੋ 5-4 ਸਾਲਾਂ 'ਚ। ਰੰਧਾਵਾ ਸਾਹਿਬ ਦੇਖੋ ਜੀ, ਇਹ ਕੇਸ ਕੋਈ ਨਵਾਂ ਨਹੀਂ ਹੈ, ਇਹ ਕੇਸ ਪੁਰਾਣਾ ਹੈ। ਮੈਂ ਇਸ ਕਰਕੇ ਇਹ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਜਦੋਂ ਭਗਵੰਤ ਮਾਨ ਹੁਣੀ ਖੁਦ ਮੈਂਬਰ ਪਾਰਲੀਮੈਂਟ ਸੀ ਤੇ ਉਸ ਸਮੇਂ ਕਾਂਗਰਸ ਸਰਕਾਰ ਨੇ, ਕਿਉਂਕਿ ਉਦੋਂ ਆਮ ਆਦਮੀ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ, ਜਦੋਂ ਇਹ ਪਰਚਾ ਹੋਇਆ ਸੀ ਤਾਂ ਤੁਹਾਨੂੰ ਯਾਦ ਹੋਊਗਾ ਕੱਲ ਹੀ ਉਹ ਵੀਡੀਓ ਵੀ ਬਹੁਤ ਸਾਹਮਣੇ ਆਇਆ ਜਿਸ 'ਚ ਖੁਦ ਭਗਵੰਤ ਮਾਨ ਹੁਣੀ ਇਹ ਕਹਿੰਦੇ ਹੋਇਆ ਵੀ ਇਹ ਕੇਸ ਝੂਠਾ ਹੈ ਤੇ ਸਾਡੇ ਖਹਿਰਾ ਸਾਹਿਬ ਨੂੰ ਗਲਤ ਫਸਾਇਆ ਗਿਆ ਤੇ ਅਸੀਂ ਭਗਵੰਤ ਮਾਨ ਦੇ ਨਾਲ ਆ। ਇਹ ਵੀਡੀਓ ਕੋਰਟ ਦੇ ਅੰਦਰ ਕੱਲ ਜੱਜ ਸਾਹਿਬ ਦੇ ਸਾਹਮਣੇ ਵੀ ਪੇਸ਼ ਕੀਤੀ ਗਈ ਕਿ ਇਹ ਸਰਕਾਰ ਮੇਰੇ ਮਾਮਲੇ 'ਚ ਪਹਿਲਾਂ ਇੱਦਾਂ ਸੋਚਦੀ ਸੀ ਹੁਣ ਇੱਦਾਂ ਸੋਚਦੀ ਹੈ ਕਿਉਂਕਿ ਮੈਂ ਆਹ ਮੁੱਦੇ ਉਠਾਏ ਇਸ ਕਰਕੇ ਇਹ ਮੈਨੂੰ ਫਸਾਉਣਾ ਚਾਹੁੰਦੇ, ਪੋਲੀਟੀਕਲ ਵੈਂਡੈਟਾ ਇਹ ਦਿਖਾਈ ਖਹਿਰਾ ਨੇ। ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਵੀ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ। ਪਰ ਇਹ ਚਰਚਾ ਦੇਖੋ, ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ। ਠੀਕ ਹੈ ਕਿ ਉਦੋਂ ਭਗਵੰਤ ਮਾਨ ਹੋਣੀ ਉਦੋਂ ਸੋਚਦੇ ਹੋਣੇ ਇਸ ਤਰ੍ਹਾਂ ਦਾ, ਕਿਉਂਕਿ ਉਦੋਂ ਉਹਨਾਂ ਦੀ ਪਾਰਟੀ ਦੇ ਬੰਦੇ ਸੀ, ਅੱਜ ਉਹ ਓਪੋਨੈਂਟ ਹੈ, ਸਥਿਤੀਆਂ ਬਦਲ ਗਈਆਂ। ਭਗਵੰਤ ਮਾਨ ਉਦੋਂ ਇੱਕ ਮੈਂਬਰ ਪਾਰਲੀਮੈਂਟ ਸੀ, ਅੱਜ ਉਹ ਸੀਐਮ ਹੈ ਤੇ ਸੀਐਮ ਦੇ ਤੌਰ ਤੇ ਵੀ ਕਈ ਫੈਸਲੇ ਲੈਣੇ ਪੈਂਦੇ ਆ। ਤੋ ਮੈਨੂੰ ਤੁਸੀਂ ਗੱਲ ਇਹ ਜਿਹੜੀ ਕਹੀ ਹੈ, ਅਸੀਂ ਵੀ ਕੱਲ ਇਹਦੀ ਤਲਾਸ਼ ਕਰਦੇ ਰਹੇ ਵੀ ਆਖਿਰ ਇਹ ਫੈਸਲਾ ਹੋਇਆ ਕਿੱਥੋਂ, ਕਿਹਨੇ ਕੀਤਾ ਇਹ ਫੈਸਲਾ ਕਿ ਰਾਤੋ ਰਾਤ ਇੱਕ ਮਤਲਬ ਦਿਨ ਚੜ੍ਹੇ ਕਿਸੇ ਬੰਦੇ ਨੂੰ ਤੁਸੀਂ ਅਰੈਸਟ ਕਰ ਲਓ। ਅਰੈਸਟ ਕਰਨਾ ਕੋਈ ਪ੍ਰੋਬਲਮ ਨਹੀਂ ਹੈ, ਮਤਲਬ ਗੱਲ ਉਸ ਢੰਗ ਤਰੀਕੇ ਦੀ ਹੋ ਰਹੀ ਹੈ ਕਿ ਜਿਸ ਢੰਗ ਤਰੀਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੁਸੀਂ ਕਹਿ ਵੀ ਸਕਦੇ, ਨੋਟਿਸ ਭੇਜ ਕੇ ਵੀ ਕਹਿ ਸਕਦੇ ਸੀ ਵੀ ਤੁਸੀਂ ਪੇਸ਼ ਹੋਵੋ ਤੇ ਉੱਥੇ ਅਰੈਸਟ ਕਰ ਸਕਦੇ ਸੀਗੇ, ਐਲਾਨ ਹੋਏ, ਪਰ ਇੱਥੇ ਉਹ ਚੀਜ਼ਾਂ ਨਹੀਂ ਹੋਈਆਂ। ਇੰਦਰਪ੍ਰੀਤ ਜੀ, ਸਿਰਫ ਇੰਨਾ ਨਹੀਂ, ਸਰਕਾਰ ਇਹਦੇ ਵਿੱਚ ਸੱਚੀ ਸੁੱਚੀ ਰਹਿ ਸਕਦੀ ਸੀ। ਤੁਸੀਂ ਇਹੀ ਫੈਸਲਾ ਜਿਹੜਾ ਗਵਰਨਮੈਂਟ ਵੱਲੋਂ ਹੁੰਦਾ ਨਜ਼ਰ ਆਇਆ ਕਿ SIT ਨੇ ਖਹਿਰਾ ਨੂੰ ਲਿਆ ਕੇ ਪੇਸ਼ ਕੀਤਾ, ਰਿਮਾਂਡ ਮੰਗਿਆ, ਕਈ ਵਾਰੀ ਅਦਾਲਤ ਸੰਮਣ ਕਰ ਲੈਂਦੀ ਆ। ਮੇਰਾ ਖਿਆਲ ਇਹ ਜ਼ਿਆਦਾ ਅਹਿਮ ਹੁੰਦਾ ਕਿ ਅਦਾਲਤ ਜੇ ਸੰਮਣ ਕਰਦੀ, ਹੁਣ ਇਹ ਸਾਰਾ ਸਰਕਾਰ ਦੇ ਖਾਤੇ 'ਚ ਪੈ ਗਿਆ, ਇਹ ਵੀ ਗੱਲ ਤਾਂ ਹੈ।
ਇਹੀ ਮੈਂ ਇਹੀ ਗੱਲ ਕਰ ਰਿਹਾ ਕਿ ਬਹੁਤ ਜਦੋਂ ਵੀ ਤੁਸੀਂ ਦੇਖੋ ਕਈ ਵਾਰੀ ਕੀ ਹੁੰਦਾ ਕਿ ਨਵੇਂ ਨਵੇਂ ਜਦੋਂ ਤੁਸੀਂ ਉਹਨਾਂ ਤੋਂ ਕਈ ਵਾਰ ਫੈਸਲੇ ਇਦਾਂ ਦੇ ਹੋ ਜਾਂਦੇ ਆ, ਜਿਵੇਂ ਤੁਹਾਨੂੰ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ 2002 'ਚ ਇਸੇ ਤਰ੍ਹਾਂ ਦੀ ਉਹ ਚਲਾਈ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਸਾਰੇ ਦੇ ਸਾਰੇ ਅਕਾਲੀ ਜਿਹੜੇ ਮੰਤਰੀ ਸੀ ਸਾਬਕਾ ਉਹ ਇਦਾਂ ਹੀ ਕਰਕੇ ਅੰਦਰ ਦੇਤੇ ਸੀਗੇ, ਸਾਰੇ ਕੀ ਕਰਕੇ 12 ਸੀ। ਉਦੋਂ ਵੀ ਇਹੀ ਸੀਗਾ ਕਿ ਸਾਰੇ ਨੂੰ ਕੋਰਟਾਂ ਦੇ ਥਰੂ ਕਿਉਂ ਨਹੀਂ ਪਕੜਿਆ ਜਾ ਰਿਹਾ। ਦੇਖੋ ਇਹ ਦਿੱਕਤਾਂ ਰਹਿੰਦੀਆਂ ਹੀ ਨੇ, ਹਮੇਸ਼ਾ ਹੀ ਰਹਿੰਦੀਆਂ ਨੇ। ਜਦੋਂ ਐਕਚੁਅਲੀ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਹੋ ਤਾਂ ਤੁਸੀਂ ਉਦੋਂ ਸਮਝਦੇ ਹੋ ਕਿ ਇਹ ਸਾਰਾ ਕੁਝ ਮੈਂ ਹੀ ਕਰ ਸਕਦਾ, ਮੈਂ ਹੀ ਆਰਡਰ ਦਊਂਗਾ ਤਾਂ ਸਭ ਕੁਝ ਹੋ ਜਾਏਗਾ, ਪਰ ਉਹ ਕਈ ਵਾਰ ਬੈਕ ਬਾਉਂਸ ਵੀ ਕਰਦਾ। ਮੈਨੂੰ ਇੱਥੇ ਇਹੀ ਲੱਗ ਰਿਹਾ ਵੀ ਇਹ ਵਾਲਾ ਕੇਸ ਵੀ ਜਿਹੜਾ ਹੈਗਾ ਉਹ ਸਰਕਾਰ ਲਈ ਮੈਨੂੰ ਜਿਹੜਾ ਜਿਵੇਂ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਲਈ ਇਹ ਔਖਾ ਹੈ ਇਸ ਤੇ ਸਟੈਂਡ ਕਰਨਾ। ਅਗਰ ਉਹ ਸੁਖਪਾਲ ਖਹਿਰਾ ਬਾਹਰ ਆ ਗਏ, ਮਤਲਬ 2-3 ਦਿਨ, 4 ਦਿਨ, 10 ਦਿਨ, ਜਿੰਨੇ ਦਿਨ ਵੀ ਉਹਨਾਂ ਦੇ ਲੱਗੇ, ਕੋਰਟ ਨੇ ਅਗਰ ਉਹਨਾਂ ਨੂੰ ਰਾਹਤ ਦੇਤੀ ਤਾਂ ਮੈਨੂੰ ਲੱਗਦਾ ਕਿ ਸਰਕਾਰ ਦੀ ਬਹੁਤ ਕਿਰਕਿਰੀ ਹੋਣ ਵਾਲੀ ਹੈ। ਦੇਖੋ ਬਾਉਂਸ ਬੈਕ ਵਾਲੀ ਗੱਲ ਤੁਹਾਡੀ ਬਿਲਕੁਲ ਵਾਜਬ ਹੈ, ਲੇਕਿਨ ਤੁਸੀਂ ਦੇਖੋ ਨਾ ਕਿ ਭਗਵੰਤ ਮਾਨ ਸਾਹਿਬ ਦੀ ਗਵਰਨਮੈਂਟ ਨੇ ਜਦੋਂ ਧਰਮਸੋਤ ਨੂੰ ਫੜਿਆ ਕੋਈ ਰੌਲਾ ਪਿਆ, ਲੋਕਾਂ ਨੇ ਭਗਵੰਤ ਮਾਨ ਦੀ ਸਿਫਤ 'ਚ ਸੋਹਲੇ ਗਾਏ, ਗਾਏ ਕਿ ਨਹੀਂ? ਉਹਨਾਂ ਨੇ ਜਿਸ ਜਿਸ ਮੰਤਰੀ ਨੂੰ ਹੱਥ ਪਾਇਆ, ਈਵਨ ਸਭ ਤੋਂ ਵੱਡਾ ਅਲੰਬਰਦਾਰ ਇਮਾਨਦਾਰੀ ਦਾ ਮਨਪ੍ਰੀਤ ਸਿੰਘ ਬਾਦਲ, ਜਦੋਂ ਉਹਦੇ ਖਿਲਾਫ ਕੇਸ ਤੁਰਿਆ ਲੋਕਾਂ ਨੇ ਉਹਦੇ ਖਿਲਾਫ ਪਤਾ ਨਹੀਂ ਕਿੰਨਾ ਕੁਝ ਬੋਲਿਆ, ਇੱਥੇ ਵੀ ਭਗਵੰਤ ਮਾਨ ਨੂੰ ਸ਼ਾਬਾਸ਼ੀ ਮਿਲੀ। ਤਰੀਕਾ ਉੱਥੇ ਵੀ ਗਲਤ ਹੋ ਸਕਦਾ ਕਿ ਤੁਸੀਂ ਧੂਰੀ ਦੇ ਵਿੱਚ ਪਹਿਲਾਂ ਕਹਿ ਦਿੰਦੇ ਹੋ ਕਿ ਵੇਖਿਆ ਹੋਈ ਨਾ FIR ਤੇ FIR ਹੁਣ ਹੋ ਰਹੀ ਹੈ, ਪਰ ਜਦੋਂ ਤੁਸੀਂ ਇੱਕ ਐਸੇ ਵਿਅਕਤੀ ਨੂੰ ਹੱਥ ਪਾ ਰਹੇ ਹੋ ਜਿਹੜਾ ਪੋਲੀਟੀਕਲ ਸਪੇਸ ਵਿੱਚ ਲੋਕਾਂ ਲਈ ਖੜ ਰਿਹਾ, ਜਿਹੜਾ ਗੱਲ ਇਹ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕੇਸ ਦੀ ਨਹੀਂ ਹੈ, ਗੱਲ ਪੋਲੀਟੀਕਲ ਸੀਨ ਦੀ ਹੈ ਭਾਸਕਰ ਸਾਹਿਬ, ਕਿ ਭਗਵੰਤ ਮਾਨ ਨੇ ਆਪਣੇ ਸਾਹਮਣੇ ਇੱਕ ਬੰਦਾ ਪੂਰੀ ਦੀ ਪੂਰੀ ਖਾਲੀ ਸੀਨ ਦੇ ਵਿੱਚ ਇੱਕ ਬੰਦਾ ਆਪੇ ਲਿਆ ਕੇ ਖਿਲਾਰ ਲਿਆ, ਲੈ ਆ ਮੇਰੇ ਢਿੱਡ 'ਚ ਮਾਰ ਜਰਾ ਸਿਰ ਆਪਣਾ ਲਿਆ ਕੇ। ਸੋ ਮੈਨੂੰ ਇੰਝ ਲੱਗਦਾ ਕਿ ਖਹਿਰਾ ਜੇ ਕੱਲ੍ਹ ਨੂੰ, ਕਿਉਂਕਿ 2-3 ਵਾਰੀ ਖਹਿਰਾ ਫੇਲ ਹੋ ਚੁੱਕੇ ਆ, ਉਹਨਾਂ ਨੂੰ ਲੋਕਾਂ ਨੇ ਸਿਰ ਮੱਥੇ ਤੇ ਬਿਠਾਇਆ, ਜੇ ਇਸ ਵਾਰੀ ਉਹ ਕਿਧਰੇ ਆਪਣੀ ਸਿਆਸੀ ਕੋਈ ਇਨਿੰਗ ਦੇ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਆ, ਤਾਂ ਇਹਦਾ ਸਾਰਾ ਸ਼੍ਰੇ ਇਸ ਰਜੀਮ ਨੂੰ, ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਜਾਊਗਾ ਵੀ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ LOP ਤੋਂ ਲਾਇਆ ਸੀ, ਲਾਇਆ ਵੀ ਉਹਨਾਂ ਤੇ ਚੜਾਇਆ ਵੀ ਉਹਨਾਂ। ਕੀ ਕਹਿੰਦੇ ਰੰਧਾਵਾ ਜੀ, ਅਗਰ ਸੁਖਪਾਲ ਸਿੰਘ ਖਹਿਰਾ ਦੀ ਪੋਲਿਟਿਕਸ ਦੇ ਉੱਤੇ ਨਜ਼ਰ ਰੱਖੀਏ ਤੇ ਅੱਜ ਦੀ ਸਥਿਤੀ ਦੇ ਉੱਤੇ ਨਜ਼ਰ ਰੱਖੀਏ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਲੋੜ ਪੈ ਗਈ ਸਰਕਾਰ ਨੂੰ ਕਿ ਕੱਲ੍ਹ ਸਵੇਰੇ 6 ਵਜੇ ਜਾ ਕੇ ਉਹਨਾਂ ਦੇ ਚੰਡੀਗੜ੍ਹ ਘਰ ਦੇ ਵਿੱਚ ਜਾ ਕੇ ਬੈੱਡਰੂਮ ਵਿੱਚ ਜਾ ਕੇ ਪਾਣੀ ਦਾ ਗਲਾਸ ਨਾ ਪੀਣ ਦੇਣਾ ਔਰ ਉਹਨੂੰ ਫੜ ਕੇ ਲੈ ਜਾਣਾ? ਉਸ ਤੋਂ ਬਾਅਦ ਪੰਜਾਬ ਦੇ ਵਿੱਚ ਰਾਜਨੀਤੀ ਗਰਮਾਈਆਂ, ਇਹਦਾ ਅਸਰ ਕੀ ਪਏਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ, ਇਹਦਾ ਜ਼ਿਕਰ ਅਸੀਂ ਕਰ ਹੀ ਰਹੇ ਹਾਂ। ਹੁਣ ਦੇਖੋ ਕਾਂਗਰਸੀ ਜ਼ਿਆਦਾਤਰ ਕਾਂਗਰਸ ਦੇ ਲੀਡਰ ਪੰਜਾਬ ਦੇ ਉਹ ਉਸ ਪ੍ਰਪੋਜ਼ਡ ਗੱਠਜੋੜ ਦੇ ਖਿਲਾਫ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਹੋਣਾ। ਉਹਨਾਂ ਨੂੰ ਇੱਕ ਮੌਕਾ ਜ਼ਰੂਰ ਮਿਲ ਗਿਆ ਕਿ ਨਾ ਇਹਨਾਂ ਦੇ ਨਾਲ, ਜਿੱਦਾਂ ਬਾਜਵਾ ਸਾਹਿਬ ਅਕਸਰ ਕਹਿੰਦੇ ਹੁੰਦੇ ਨੇ ਕਿ ਇਹਨਾਂ ਦੇ ਨਾਲ ਤੇ ਆਪਾਂ 5 ਮਿੰਟ ਨਹੀਂ ਬਹਿ ਸਕਦੇ। ਹੁਣ ਇਸ ਅਲਾਇੰਸ ਦੇ ਉੱਤੇ 1% ਕਹਿ ਲਓ ਜਾਂ 10% ਕਹਿ ਲਓ, ਖਤਰਾ ਹੋਰ ਵੱਧ ਗਿਆ। ਹੁਣ ਸੁਖਪਾਲ ਸਿੰਘ ਖਹਿਰਾ ਦੇ ਅਰੈਸਟ ਹੋਣ ਤੋਂ ਇਮੀਡੀਏਟ ਤੁਹਾਨੂੰ ਲੱਗਦਾ ਕੀ ਹੈ ਕਿ ਵੀ ਇਮੀਡੀਏਟ ਪ੍ਰੋਵੋਕੇਸ਼ਨ ਕੀ ਹੋਏਗੀ ਕਿ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਸਵੇਰੇ ਜਾ ਕੇ ਫੜ ਲਓ? ਉਹਨਾਂ ਦੇ ਲਾਸਟ 3 ਟਵੀਟ ਔਰ ਉਸ ਤੋਂ ਬਾਅਦ ਇਹ ਅਰੈਸਟ, ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਇਹ ਤਾਰ ਕਿੱਥੋਂ ਹਿਲੇ ਹੋਣੇ ਹੈ। ਅੱਜ ਸੁਖਪਾਲ ਸਿੰਘ ਖਹਿਰਾ ਹੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀ ਰਿਪਰਕੇਸ਼ਨ ਹੋ ਸਕਦੀ ਹੈ? ਦੇਖੋ ਨੈਰੇਟਿਵ ਨਹੀਂ ਸੈੱਟ ਹੋਇਆ ਠੀਕ, ਔਰ ਜੋ ਲੋਕ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਰਾਜਨੀਤੀ ਤੋਂ ਖੁਸ਼ ਨਹੀਂ ਵੀ ਸੀ, ਬਤੌਰ ਉਹ ਕਾਂਗਰਸੀ ਵੀ ਸੀਗੇ, ਉਹਨਾਂ ਨੂੰ ਵੀ ਅੱਜ ਸੁਖਪਾਲ ਸਿੰਘ ਖਹਿਰਾ ਦੀ ਮਦਦ ਸਪੋਰਟ ਕਰਨ ਦੀ ਲੋੜ ਪੈ ਗਈ ਔਰ ਉਹ ਜ਼ਰੂਰੀ ਬਣ ਗਿਆ। ਹੁਣ ਢੀਂਡਸਾ ਸਾਹਿਬ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਨੇ ਵੀ ਖਹਿਰਾ ਉਹਨਾਂ ਦੀ ਅਰੈਸਟ ਦਾ ਵਿਰੋਧ ਕੀਤਾ। ਬਿਕਰਮ ਸਿੰਘ ਮਜੀਠੀਆ ਜੋ ਖਹਿਰਾ ਉਹਨਾਂ ਦੇ ਧੁਰ ਵਿਰੋਧੀ ਸੀਗੇ, ਉਹਨਾਂ ਨੇ ਵੀ ਖਹਿਰਾ ਨੂੰ ਸਪੋਰਟ ਕਰਨ ਦਾ ਵਾਅਦਾ ਕੀਤਾ। ਯਾਨੀ ਪੰਜਾਬ ਦੀ ਪੋਲਿਟਿਕਸ ਖਹਿਰਾ ਦੇ ਅਰੈਸਟ ਹੋਣ ਤੋਂ ਬਾਅਦ ਉਸ ਧੁਰੀ ਦੇ ਆਸ ਪਾਸ ਘੁੰਮਣੀ ਸ਼ੁਰੂ ਹੋ ਗਈ ਔਰ ਆਉਣ ਵਾਲੇ ਟਾਈਮ ਵਿੱਚ ਖਾਸ ਕਰਕੇ 2024 ਦੀ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ ਖਹਿਰਾ ਦੀ ਅਰੈਸਟ, ਖਹਿਰਾ ਨੂੰ ਕਿੰਨਾ ਕੁ ਫਾਇਦਾ ਹੁੰਦਾ ਇਸ ਗੱਲ ਦਾ ਇਹ ਨਹੀਂ ਪਤਾ, ਲੇਕਿਨ ਸਾਰੀ ਪੋਲੀਟੀਕਲ ਪਾਰਟੀਆਂ ਇਸ ਗੱਲ ਤੋਂ ਸਰਕਾਰ ਦੇ ਖਿਲਾਫ ਆਪਣੇ ਨੈਰੇਟਿਵ ਨੂੰ ਸੈੱਟ ਕਰਨ ਵਾਸਤੇ ਯੂਜ਼ ਕਰਨ ਵਾਲੀਆਂ ਔਰ ਆਉਣ ਵਾਲੇ ਟਾਈਮ ਵਿੱਚ ਇਹ ਨੈਰੇਟਿਵ ਸਰਕਾਰ ਦੇ ਖਿਲਾਫ ਬੜਾ ਜ਼ਬਰਦਸਤ ਸੈੱਟ ਹੋ ਸਕਦਾ। ਭਾਸਕਰ ਸਰ, ਤੁਹਾਡੇ ਤੋਂ ਹੀ ਮੈਂ ਸ਼ੁਰੂ ਕਰਦਾ। ਦੂਜਾ ਮਾਮਲਾ ਬੇਹੱਦ ਅਹਿਮ ਆ, ਹਾਲਾਂਕਿ ਜਿਹੜਾ ਇਹ ਸੁਖਪਾਲ ਸਿੰਘ ਖਹਿਰਾ ਵਾਲਾ ਮਾਮਲਾ ਇਹ ਅਜੇ ਖਤਮ ਨਹੀਂ ਹੋਇਆ, ਇਹਨੇ ਚੱਲਦੇ ਰਹਿਣਾ। ਕੱਲ ਗਵਰਨਰ ਹਾਊਸ ਦੇ ਵਿੱਚ ਗਏ ਸੀਗੇ ਸਾਰੇ ਕਾਂਗਰਸੀ, ਉਸ ਤੋਂ ਬਾਅਦ ਆਣ ਕੇ ਵੀ ਉਹਨਾਂ ਨੇ ਕਾਫੀ ਮੀਡੀਆ ਨਾਲ ਗੱਲ ਕੀਤੀ ਆ, ਲੜਨ ਦਾ ਪ੍ਰੋਮਿਸ ਕੀਤਾ ਔਰ ਇਕੱਠਿਆਂ ਨਹੀਂ ਚੱਲਣਗੇ, ਐਸੀਆਂ ਗੱਲਾਂ ਵੀ ਹੋਈਆਂ। ਪਰ ਜਿਹੜੀ ਸਰਕਾਰ ਦੀ ਵਰਕਿੰਗ ਹੈ ਉਹਦੀ ਗੱਲ ਵੀ ਬੜੀ ਅਹਿਮ ਆ।
एक झगड़ा होया होया सीगा मनजिंदर सिंह लालपुरा एमएलए खड़ूर साहब और एसएसपी तरन तारण गुरमीत सिंह चौहान दे विच कल अचनचेत सब ट्रांसफर्स वगैरह हो जांदियां जिहदे विच मुखविंदर सिंह शीना नूं कुदरती तौर ते अवेलेबल सी एडीजीपी बनन तों बाद नियुक्ति लई उहनां नूं मुड़ उहनां दी पहली जगह ते लाता गया। लेकिन जिहड़ियां दो अहम बदलियां होईयां, एक तां इहनां नूं बदलिया गया चौहान साहब नूं, दूजा जिहड़ा मुक्तसर वाला मामला सी उहदे विच बदलिया गया हरमनवीर सिंह गिल नूं जिहड़े उत्थे एसएसपी सीगे। उत्थे गिरफ्तारियां भी होईयां काफी, उत्थे एसआईटी भी बनी हुई है। पर मैं तुहाडे तों समझना चाहुंदा है कि पहला तां मैनूं इह दस्सो कि ਇਹ ਜਿਹੜੀਆਂ ਟਰਾਂਸਫਰਸ ਨੇ ਇਹਦੇ ਵਿੱਚ ਕੁਝ ਸਸਪੈਂਸ਼ਨ ਵੀ ਹੋਈਆਂ ਥੱਲੇ ਦੇ ਜਿਹੜੇ ਸਬ ਇੰਸਪੈਕਟਰ ਪੱਧਰ ਦੇ ਲੋਕ ਆ SHO ਵਗੈਰਾ ਉਹਨਾਂ ਦੀਆਂ ਵੀ ਹੋਈਆਂ ਨੇ। ਇਹ ਇੱਕ ਥੋੜੀ ਜਿਹੀ ਸਾਂਝ ਪਾਓ ਜ਼ਰਾ ਇੱਕ ਸਥਿਤੀ ਨਾਲ। ਰੰਧਾਵਾ ਜੀ, ਮਾਮਲਾ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਲਾਲਪੁਰਾ ਦਾ, ਉਹਨਾਂ ਨੇ ਕੁਝ ਦਿਨ ਪਹਿਲੇ ਫੇਸਬੁੱਕ ਪੇਜ ਤੇ ਆਪਣੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਬਿਨਾਂ ਪੈਸੇ ਤੋਂ ਪੁਲਿਸ ਕੋਈ ਕੰਮ ਨਹੀਂ ਕਰਦੀ। ਬਾਅਦ ਚੋਂ ਭਾਵੇਂ ਉਹਨਾਂ ਨੇ ਉਹ ਫੇਸਬੁੱਕ ਤੋਂ ਪੋਸਟ ਲਾਤੀ ਸੀਗੀ, ਫਿਰ ਦੁਬਾਰਾ ਉਹਨਾਂ ਨੇ ਕੁਛ ਏਦਾਂ ਦੇ ਐਲੀਗੇਸ਼ਨ ਲਾਏ ਔਰ ਨਿਸ਼ਾਨੇ ਤੇ ਕੌਣ ਸੀਗੇ? ਗੁਰਮੀਤ ਸਿੰਘ ਚੌਹਾਨ ਉੱਥੇ ਦੇ SSP। ਗੱਲਾਂ ਇਹ ਵੀ ਨਿਕਲ ਕੇ ਆਈਆਂ ਕਿ ਗੁਰਮੀਤ ਸਿੰਘ ਚੌਹਾਨ ਉਹਨਾਂ ਜਦ ਪਹਿਲੀ ਪੋਸਟ ਪਾਈ ਸੀ ਉਸ ਤੋਂ ਪਹਿਲੇ ਵੀ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ਼ ਕੇਸ ਉਸ ਜ਼ਿਲ੍ਹੇ ਦੇ ਵਿੱਚ ਚੱਲਦੇ ਨੇ ਔਰ ਉਸ ਉਹਨਾਂ ਕੇਸਾਂ ਦੇ ਵਿੱਚ ਕੋਈ ਰਾਹਤ ਮਨਜਿੰਦਰ ਸਿੰਘ ਲਾਲਪੁਰਾ ਨੂੰ ਨਹੀਂ ਮਿਲੀ ਸੀ। ਇਹ ਵਜ੍ਹਾ ਸੀਗਾ। ਪਰ ਹੁਣ ਗੱਲ ਦੂਜੇ ਪਾਸੇ ਘੁੰਮ ਗਈ। ਹੁਣ ਭਾਵੇਂ ਗੁਰਮੀਤ ਸਿੰਘ ਚੌਹਾਨ ਉਹਨਾਂ ਨੂੰ ਟ੍ਰਾਂਸਫਰ ਕਰਤਾ ਹੈ ਔਰ ਕੁਛ CIA ਸਟਾਫ ਦੇ ਕਰਮਚਾਰੀਆਂ ਨੂੰ ਸਸਪੈਂਡ ਕਰਤਾ ਹੈ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਸਸਪੈਂਡ ਕਰਨ ਦੀ ਵਜ੍ਹਾ ਕੀ ਹੈ, ਕੀ ਉਹਨਾਂ ਨੇ ਉਹ ਰੇਡ ਪਾ ਕੇ ਗਲਤੀ ਕੀਤੀ ਸੀਗੀ ਜਿਹਦੇ ਵਿੱਚ ਉਹ 10 ਟਿੱਪਰ ਦੇ ਫੜੇ ਜਾਣ ਦੀ ਗੱਲ ਕਰਦੇ ਸੀ ਔਰ 10 ਲੋਕਾਂ ਨੂੰ ਵੀ ਫੜਿਆ ਗਿਆ ਸੀਗਾ ਜਿਹਦੇ ਵਿੱਚੋਂ ਇੱਕ ਜੀਜਾ ਜੀ ਸੀ? ਕੀ ਜੀਜਾ ਜੀ ਨੂੰ ਫੜਨ ਦਾ ਹੀ ਇੱਕ ਇਲਜ਼ਾਮ ਉਸ ਪੁਲਿਸ ਦੇ ਉੱਤੇ ਲਾਇਆ ਜਾਂ ਉਹ ਰੇਡ ਗਲਤ ਸੀ? ਜੇ ਉਹ ਰੇਡ ਗਲਤ ਸੀ ਤੇ ਇਹ ਬਹੁਤ ਵੱਡਾ ਇਲਜ਼ਾਮ ਹੈ। ਔਰ ਇਸ ਇਲਜ਼ਾਮ ਦੇ ਉੱਤੇ ਸਿਰਫ ਟ੍ਰਾਂਸਫਰ ਕਰਨਾ ਉਸ ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ ਜਾਂ ਪੁਲਿਸ ਇੰਸਪੈਕਟਰਾਂ ਨੂੰ ਜਾਂ CIA ਇੰਚਾਰਜ ਨੂੰ, ਫਿਰ ਤੇ ਸਰਕਾਰ ਦੇ ਅਗੇਂਸਟ ਇੱਕ ਹੋਰ ਨੈਰੇਟਿਵ ਸੈੱਟ ਹੁੰਦਾ ਕਿ ਤੁਹਾਡੀ ਪੁਲਿਸ ਅਗਰ ਕਿਸੇ ਵੀ ਵਿਅਕਤੀ ਨੂੰ ਉਹ 10 ਟਿੱਪਰ ਕਿੱਥੇ ਗਏ, ਕਿਤੇ ਸੀਗੇ ਉਹ ਟਿੱਪਰ? ਔਰ ਉਸ ਤੋਂ ਬਾਅਦ ਪੋਕਲੈਂਡ ਚੇਨ ਜਿਹੜੀ ਉਹ ਮਸ਼ੀਨ ਹੁੰਦੀ ਹੈ ਇਲੀਗਲ ਮਾਈਨਿੰਗ ਦੀ, ਉਹ ਵੀ ਫੜੀ ਸੀਗੀ, ਉਹ ਕਿੱਥੇ ਗਈ? ਹੁਣ ਤੇ ਗੁਰਮੀਤ ਸਿੰਘ ਚੌਹਾਨ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ, ਪਰ ਪੁਲਿਸ ਵਾਲੇ ਆਉਂਦੇ ਨਹੀਂ ਹੁੰਦੇ ਭਾਵੇਂ ਆਪਣੇ ਅੰਦਰ, ਕਿਉਂਕਿ ਇਹਨਾਂ ਦੇ ਅੰਦਰ ਇੱਕ ਬੜੀ ਸਹਿਣ ਸ਼ਕਤੀ ਹੁੰਦੀ ਹੈ ਕਿ ਸਰਕਾਰ ਤੁਹਾਡੇ ਖਿਲਾਫ਼ ਜਿੰਨੀ ਮਰਜ਼ੀ ਕਾਰਵਾਈ ਕਰ ਲਏ, ਨਾ ਬੋਲੋ, ਮੌਕਾ ਫਿਰ ਮਿਲੇਗਾ, ਫਿਰ ਉੱਤੇ ਚੜ ਜਾਂਗੇ। ਪਰ ਇਹ ਜਿਹੜਾ ਐਟੀਟਿਊਡ ਹੈ ਸਰਕਾਰ ਦਾ ਕਿ ਇੱਕ ਇਲੀਗਲ ਮਾਈਨਿੰਗ ਦੇ ਉੱਤੇ ਪਾਈ ਹੋਈ ਰੇਡ, ਉਸ ਰੇਡ ਨੂੰ ਪਾਉਣ ਵਾਲਿਆਂ ਦੇ ਖਿਲਾਫ਼ ਐਕਸ਼ਨ ਲੈ ਦੇਣਾ ਜਿਹੜੇ ਫੜੇ ਗਏ ਸੀਗੇ। ਜੀਜਾ ਜੀ ਦੀ ਵਾਰ ਵਾਰ ਗੱਲ ਆ ਰਹੀ ਹੈ ਔਰ ਕਈ ਵਾਰ ਇਹ ਗੱਲ ਜਿਹੜੇ ਲਾਲਪੁਰਾ ਸਾਹਿਬ ਨੂੰ ਥੋੜ੍ਹੀ ਜਿਹੀ ਫੀਲ ਵੀ ਹੁੰਦੀ ਹੋਏਗੀ ਕਿ ਜੀਜਾ ਜੀ ਬੇਕਸੂਰ ਸੀਗੇ ਅਤੇ ਬਾਕੀ 9 ਬੰਦੇ ਵੀ ਬੇਕਸੂਰ ਸੀਗੇ। ਹੁਣ ਇਹ ਸਾਰੀ ਗੱਲਾਂ ਦੇ ਉੱਤੇ ਇਸ ਤੋਂ ਪਹਿਲੇ ਵੀ ਬਹੁਤ ਵਾਰ ਇੱਦਾਂ ਦਾ ਹੋਇਆ ਹੈ ਕਿ ਪੁਲਿਸ ਨੇ ਜਾਂ ਸਰਕਾਰ ਨੇ ਆਪਣਾ ਇੱਕ ਯੂ ਟਰਨ ਲਿੱਤਾ। ਯਾਦ ਕਰੋ ਅੰਮ੍ਰਿਤਸਰ ਦੀ ਉਸ ਪਾਰਟੀ ਦੇ ਵਿੱਚ, ਜਿਸ ਪਾਰਟੀ ਦੇ ਵਿੱਚ ਕੁਛ ਪੁਲਿਸ ਅਫਸਰਾਂ ਦੇ ਪੁਲਿਸ ਇੰਸਪੈਕਟਰਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਇੱਕ ਗੈਂਗਸਟਰ ਦੀ ਮੌਜੂਦਗੀ ਦੇ ਵਿੱਚ ਇੱਕ ਬਰਥਡੇ ਪਾਰਟੀ ਬਣਾਏਗੀ, ਉਹਦੇ ਉੱਤੇ ਬਾਅਦ ਚੋਂ ਰਾਜਨੀਤੀ ਹੋਈ, ਸਾਰਿਆਂ ਨੂੰ ਵਾਪਸ ਟ੍ਰਾਂਸਫਰ ਕਰ ਦਿੱਤਾ ਗਿਆ। ਇੱਕ ਵਾਰ ਟ੍ਰਾਂਸਫਰ ਕਰਨ ਤੋਂ ਬਾਅਦ ਫਿਰ ਵਾਪਸੀ ਕਿ ਇੱਦਾਂ ਦਾ ਹੀ ਇਸ ਕੇਸ ਦੇ ਵਿੱਚ ਵੀ ਆਉਣ ਵਾਲੇ ਟਾਈਮ ਵਿੱਚ ਹੋਣਾ ਹੈ। ਉਸ ਤੋਂ ਪਹਿਲੇ ਜਲੰਧਰ ਦੇ ਇੱਕ MLA ਨੇ ਆਪਣੀ ਹੀ ਸਰਕਾਰ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਪੁਲਿਸ ਜਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਹੀ ਜਾ ਕੇ ਇਹ ਗੱਲ ਕਹੀ ਕਿ ਸਾਡੀ ਸਰਕਾਰ ਦੇ ਵਿੱਚ ਲੋਕਾਂ ਨਾਲ ਧੱਕਾ ਹੋ ਰਿਹਾ, ਮੈਂ ਰਿਜ਼ਾਈਨ ਕਰ ਦੂੰਗਾ, ਇਹ ਧੱਕਾ ਬਰਦਾਸ਼ਤ ਨਹੀਂ ਕਰੂੰਗਾ। ਸ਼ੀਤਲ ਅੰਗੁਰਾਲ ਉਹਨਾਂ ਦੀ ਗੱਲ ਕਰ ਰਿਹਾ ਮੈਂ, ਬਾਅਦ 'ਚੋਂ ਉਸ ਕੇਸ ਦਾ ਕੀ ਹੋਇਆ ਪਤਾ ਨਹੀਂ। ਮੁਕਤਸਰ ਸਾਹਿਬ ਦੇ ਵਿੱਚ ਵਕੀਲ ਦੇ ਨਾਲ ਜਿਸ ਤਰੀਕੇ ਨਾਲ ਇੱਕ ਤਰੀਕੇ ਨਾਲ ਥਰਡ ਡਿਗਰੀ ਟੋਰਚਰ ਦੀ ਗੱਲ ਚੱਲ ਰਹੀ ਹੈ, ਉਸ ਮਾਮਲੇ ਦੇ ਵਿੱਚ ਤੁਸੀਂ ਪੁਲਿਸ ਅਫਸਰਾਂ ਦੇ ਖਿਲਾਫ਼ ਐਕਸ਼ਨ ਲੈ ਲਿਆ, ਉਹ ਅਗਰ ਐਕਸ਼ਨ ਲਿੱਤਾ ਸੀਗਾ ਤੇ ਉਹਦੇ ਵਿੱਚ SSP ਨੂੰ ਸਿਰਫ ਟ੍ਰਾਂਸਫਰ ਕਰਦੇ ਨਾਲ ਗੱਲ ਖਤਮ ਹੋ ਜਾਂਦੀ ਹੈ? ਇੰਦਰਪ੍ਰੀਤ ਜੀ, 2-3 ਮਾਮਲੇ ਇਸ ਕਲੱਬ ਹੋ ਰਹੇ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤਰਨ ਤਾਰਨ ਦੇ SSP ਦੀ ਹਦਾਇਤ ਉੱਤੇ ਗੈਰ ਕਾਨੂੰਨੀ ਮਾਈਨਿੰਗ ਲਾਈਵ ਚੱਲਦੀ SSP ਦੇ ਸ਼ਬਦਾਂ 'ਚ ਫੜੀ ਗਈ ਆ ਤਾਂ ਇਹ ਇੱਕ ਪਹਿਲੂ ਆ। ਜੇਕਰ ਇਹ ਸਾਰਾ ਸੀਨ ਕ੍ਰੀਏਟ ਕੀਤਾ ਗਿਆ ਮਨ ਘੜਤ ਹੈ ਤਾਂ ਫਿਰ ਆਮ ਬੰਦੇ ਪੰਜਾਬ ਵਿੱਚ ਸੁਰੱਖਿਅਤ ਕਿਵੇਂ ਨੇ? ਤੁਸੀਂ ਕਿਸੇ ਨੂੰ ਕਿੱਦਾਂ ਵੀ, ਜੇ MLA ਦਾ ਜੀਜਾ ਫਸਾਇਆ ਜਾ ਸਕਦਾ ਫਿਰ ਕੋਈ ਵੀ ਫਸਾਇਆ ਜਾ ਸਕਦਾ। ਤੇ ਤੀਜਾ ਪਹਿਲੂ ਕਿ ਜੇ ਸਭ ਠੀਕ ਸੀ, ਮਾਈਨਿੰਗ ਹੋ ਰਹੀ ਸੀ, ਨਿਸ਼ਾਨ ਸਿੰਘ ਉੱਥੇ ਹੀ ਸੀ, 10 ਟਿੱਪਰ ਫੜੇ ਗਏ, 3 ਭਰੇ, 7 ਦੂਜੇ ਓਕਲਨ ਮਸ਼ੀਨ ਸਭ ਫੜਿਆ ਗਿਆ, ਤਾਂ ਫਿਰ ਪੋਲੀਟੀਕਲ ਪ੍ਰੈਸ਼ਰ ਨਾਲ ਜੇਕਰ
एसएसपी नूं बदल दिओ, बाकियां नूं सस्पेंड कर दिओ, लाइन हाजिर कर दिओ, सजा ला दिओ। कल नूं जे ये सब ठीक सी, पुलिस ने ठीक कार्रवाई की है, कल नूं किहड़ा पुलिस वाला इहो जिहे मामलियां ते हथ पाऊगा? इहदा मतलब कैप्टन अमरिंदर सिंह जदों कहिंदे सी कि मैं फाइल बना के उपर दे के आया कि तुहाडे किन्ने बंदे गैर कानूनी मामलियां च लगे हुए आ, की आम आदमी पार्टी की भगवंत मान सरकार अपने MLAs नूं फ्री हैंड दे रही है और एक सुनेहा पुलिस प्रशासन नूं दे रही है कि हाथ नहीं पाउणा, रल के जो मर्जी करी चलो? इहदा मतलब MLA ते SSP रल के चलिया करनगे? जिहड़ा चंगा नहीं लगूगा, जिहड़ा बोलदा चंगा नहीं लगूगा, जिहड़ा धौण चुकूगा उहदी धौण भन्न दित्ती जाऊगी, क्योंकि दोनों ताकतवर होणगे फिर स्टेट दे विच लोक हिजरत नहीं करनगे ते की करनगे। रंधावा साहब एक गल अगे वधाउण तों पहलां मैं तुहानूं इक छोटी जी घटना सुनाना चाहुंदा, शायद 1999 या 2000 दे आस पास की होएगी, जदों बठिंडा दे विच सिकंदर सिंह मलूका बिजली मंत्री होंदे सी ते SR लद्दड़ उदों DC सीगे, उदों एक प्रोग्राम दे विच इसे तरह ही MLA ते DC की लड़ाई हो गई, सॉरी मंत्री ते DC का झगड़ा हो गया, सार्वजनिक तौर पर हो गया, तो मंत्री साहब ने DC साहब नूं बहुत दुरव्यवहार जिहा कीता। उदों सारा जिले प्रशासन के जिन्ने 11 अधिकारी सीगे समेत SSP SP DC ADC दोनों पुड्डा दे अधिकारी सारे जिन्ने, मैं तुहानूं कह रहा कि 11 दे अधिकारी 11 ने चीफ मिनिस्टर नूं लिख के देता कि वह काम नहीं करनगे उन्होंने, पर प्रकाश सिंह बादल होरां ने अपने मंत्री का साथ दिता, उन्होंने डिस्ट्रिक्ट एडमिनिस्ट्रेशन का साथ नहीं दिता, चाहे सारी डिस्ट्रिक्ट एडमिनिस्ट्रेशन कट्ठी सी एक जुट सी इहदे मामले च, इत्थे तां हो सकदा कि कुछ पुलिस अधिकारी भी इधर उधर होण, लेकिन उस मामले तां सिविल और पुलिस दोनों कट्ठे सीगे, पर प्रकाश सिंह बादल होरां ने एक एक करके 11 दे सिर्फ 10 अधिकारी चेंज किए, उन्हां चों एक अजायब सिंह पट्टी सी जिहड़े बाद च कांग्रेस दे MLA भी बने वह रह गए सीगे, बाकी सारे 11 दे 10 दे 10 जिहड़े है वह दूर दराडे बदलते ते मुड़ के नहीं आए। मैं ये गल इत्थे करनी चाहुंदा सी, ये इंस्टांस होणा दा मकसद मेरा यह सीगा कि जदों भी इस किस्म की लड़ाई हुंदी है पोलिटिकल बंदियां दी और एडमिनिस्ट्रेटिव दे विच कोई भी हो, चाहे पुलिस वाला हो चाहे सिविल वाला हो, दोनों च पोलिटिकल सरकार दे विच जिहड़े मंत्री ने वह हमेशा ही पोलिटिकल बंदे का साथ दिंदे है, चाहे वह एडमिनिस्ट्रेशन बिल्कुल सही होवे वह साथ नहीं दिंदे उन्हां दा। सो तुसीं जिहड़ी गल कीती हैगी है वह बिल्कुल ठीक है कि जे तां इह सारा कुछ सही सी उत्थे, मतलब माइनिंग हो रही सी, सब मशीनां भी रंगे हत्थी पकड़ियां गईयां, सब कुछ ठीक सी, तां फिर SSP नूं क्यों चेंज कीता गया? कि फिर सारे 22 दे 22 जिहड़े होर SSP ने उन्हां नूं इक मैसेज दित्ता गया कि नहीं तुसीं MLA दी ही सुणो ते जो कहिंदे ने उन्हां दे कहे अनुसार चलो? फिर तां जिहड़ी मैं कह रहा सी वी परसों, कल वी मैं इही गल कहा सी वी परसों, नवजोत सिंह सिद्धू होरां ने तां बहुत सरेआम इल एलीगेशन इही लगाया कि माफिया सरकार दी मिली भगत तो बिना नहीं चल सकता, तो की फिर वो ठीक है? तुसी उन्हां नूं ठीक साबित कर रहे हो या तुसी माफिया दे खिलाफ एक्शन लेंदे दिखदे तां वो तुसी सही साबित होंदे? सो ये जिहड़ी गल मैं कह रहा कहनी चाहना, मैं ये कहनी चाहना कि पोलिटिकल बंदे या पोलिटिकल कॉमेंट्स जिहड़ियां ने वह पोलिटिकल बंदियां दा ही साथ दिंदियां ने। कैप्टन अमरिंदर सिंह नूं तुसी इक साइडलाइन ते कर सकदे हो, कैप्टन नूं बहुत टाइम च यह देखा जाता सीगा कि वह ऑफिसर नाल खड़े होंदे सीगे, ये जानते हुए भी पोलिटिक उन्हां दा पोलिटिकली नुकसान भी हो सकता, पर फिर भी वह ऑफिसर का साथ देंदे सी। पर इत्थे मैनूं लग रहा कि जिहड़ा कल एक्शन लिया गया उहदे नाल काडर जिहड़ा हैगा, खास तौर पर जिहड़ा काम करन वाला काडर है, मैं सारे काडर की गल नहीं करता, मैं काम करन वाले काडर की गल जरूर करूँगा कि काम करन वाला जिहड़ा काडर है वह बहुत हताश होया। देखो इंद्रप्रीत जी, तुसी जिहड़ी बादल दी घटना सुना रहे हो ना, बादल साहब दा एक अपना तरीका सी, ओह 5 वारी मुख्यमंत्री जरूर बन गए, पर उन्हां दी पार्टी दा अज जो हाल है मैनू लगदा है कि लोकां ने रद्द कीता वा उस तरह दी सियासत नूं, कि इही सियासत मुड़ के आउणी चाहीदी आ। इह गल लोक पुछदे ने हुण कि सही नूं सही गलत नूं गलत कहना। दूजी गल, मैं भगवंत मान साहब की बदला की राजनीति ते बादल साहब की और राजनीति नूं जे इकट्ठियां देखां ते चुभदा है, क्योंकि लोकां होर तरीके नाल वोटां पाईयां। दूजी गल, जेकर फैसले नूं देखिए कि सारे बंदे सस्पेंड करो बदल दिओ, है ना जी, इहदा मतलब है कि प्रीलिम जिहड़ी इनकुआरी है जिहड़ी अंदर खाते आपस विच हुंदी आ
ਉਹਦੇ ਵਿੱਚ ਇਹ ਦੋਸ਼ੀ ਪਾਏ ਗਏ ਸਾਰੇ ਜਿਨ੍ਹਾਂ ਨੂੰ ਸਜ਼ਾ ਲੱਗੀ। ਫਿਰ ਇਹ ਦੋਸ਼ੀ ਛੋਟੇ ਦੋਸ਼ੀ ਨਹੀਂ ਹੈ, ਫਿਰ ਤਾਂ ਜੋ ਕਿਹਾ ਮਨਜਿੰਦਰ ਸਿੰਘ ਲਾਲਪੁਰਾ ਨੇ ਕਿ ਤੁਹਾਡੇ ਬੰਦਿਆਂ ਨੇ ਮੈਨੂੰ ਗੈਂਗਸਟਰਾਂ ਤੋਂ ਨੁਕਸਾਨ ਕਰਾਉਣ ਦੀ ਧਮਕੀ ਦਿੱਤੀ, ਫਿਰ ਇਹਦਾ ਮਤਲਬ ਹੈ ਕਿ SSP ਔਰ ਉਹਦੀ ਸਾਰੀ ਟੀਮ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਾਰਾ ਕਾਨੂੰਨ ਆਪਣੇ ਹੱਥ 'ਚ ਲਿਆ, ਉਹਨਾਂ ਦੇ ਖਿਲਾਫ਼ ਪਰਚਾ ਬਣਦਾ। ਦੇਖੋ ਏਦਾਂ ਨਹੀਂ, ਫਿਰ ਉਹਨਾਂ ਦੇ ਖਿਲਾਫ਼ ਬਣਦਾ ਪਰਚਾ। ਤੇ ਜੇਕਰ ਇਹ ਸਾਰੀ ਚੀਜ਼ ਨੂੰ ਤੁਸੀਂ ਇਨਵੈਸਟੀਗੇਟ ਨਹੀਂ ਕਰਾਓਗੇ ਨਾ, ਸ਼ੱਕ ਦੇ ਦਾਇਰਿਆਂ 'ਚ ਰਹੋਗੇ ਭਾਸਕਰ ਸਾਹਿਬ, ਅੱਜ ਦੇ ਦਿਨ 'ਚ ਸਥਿਤੀ ਇੰਨੀ ਸਾਫ਼ ਨਹੀਂ ਹੈ ਜਿੰਨੀ ਸਾਫ਼। ਇਹਦਾ ਮਤਲਬ ਆ ਤੁਸੀਂ ਕੁਝ ਵੀ ਨਹੀਂ ਕਰੋਗੇ, ਚੁੱਪ ਕਰਕੇ ਚੱਲ ਜਾਓ, ਤੁਸੀਂ ਫੈਸਲਾ ਸੁਣਾ ਤਾ, ਗੱਲ ਖਤਮ। ਇਹੀ ਪੁਆਇੰਟ ਮੈਂ ਉਠਾ ਰਿਹਾ ਕਿ ਅਗਰ ਉਹ ਰੇਡ ਵਾਕਈ ਜਾਲੀ ਸੀਗੀ, ਜਿਸ ਰੇਡ ਦੇ ਵਿੱਚ ਜੀਜਾ ਜੀ ਫੜੇ ਗਏ ਸੀਗੇ, ਤੇ ਫਿਰ ਉਸ ਰੇਡ ਦੇ ਉੱਤੇ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇ ਫਾਲਸ ਸੀਗੇ? ਤੇ ਫਿਰ ਤੇ SSP ਗੁਰਮੀਤ ਸਿੰਘ ਚੌਹਾਨ ਉਹਨਾਂ ਨੂੰ ਟਰਾਂਸਫਰ ਕਰਕੇ ਗੱਲ ਨਹੀਂ ਬਣਦੀ? ਤੁਸੀਂ ਆਪਣੀ ਵੱਖਰੀ ਸਰਕਾਰ ਚਲਾ ਰਹੇ ਹੋ ਇੱਕ ਜ਼ਿਲ੍ਹੇ ਦੇ ਵਿੱਚ, ਔਰ ਗਲਤ ਤਰੀਕੇ ਨਾਲ ਜੀਜਾ ਜੀ ਨੂੰ ਫੜ ਰਹੇ ਹੋ, ਤੇ ਬਹੁਤ ਵੱਡਾ ਐਕਸ਼ਨ ਬਣਦਾ ਸੀਗਾ, ਪਰ ਨਹੀਂ ਬਣਿਆ। ਹੁਣ ਗੱਲ ਕਰੀਏ ਜਿਹੜੇ ਮੌਕੇ ਦੇ ਅਫਸਰ ਹੁੰਦੇ ਨੇ ਜਾਂ ਸਰਕਾਰਾਂ ਦੇ ਵਿੱਚ, ਬਹੁਤ ਵੱਡੀ ਸਰਕਾਰ ਬਹੁਤ ਵੱਡੀ ਹੁੰਦੀ ਹੈ ਰੰਧਾਵਾ ਜੀ, ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ। ਇਹਦਾ ਮੈਂ ਐਗਜ਼ਾਮਪਲ ਦੇਵਾਂ, ਔਰ ਖਾਸ ਕਰਕੇ ਜਿਹੜੇ ਅਫਸਰ ਹੈਗੇ ਨੇ ਉਹ ਸਰਕਾਰਾਂ ਦੇ ਤਾਬੇਦਾਰ ਹੁੰਦੇ ਨੇ, ਉਹ ਸਰਕਾਰਾਂ ਦੇ ਹੁਕਮਾਂ ਦੇ ਉੱਧਰ ਇੱਧਰ ਉੱਧਰ ਬਿਲਕੁਲ ਵੀ ਨਹੀਂ ਹੁੰਦੇ। ਔਰ ਇਹ ਜਿਹੜੀ ਰੇਡ ਵੀ ਪਈ ਸੀਗੇ, ਇਹਦੇ ਵਿੱਚ ਵੀ ਕਿਸੇ ਨਾ ਕਿਸੇ ਜਗ੍ਹਾ ਸਰਕਾਰੀ ਹੁਕਮ ਸ਼ੁਰੂ ਦੇ ਵਿੱਚ ਰੋਲ ਹੋਣਗੇ, ਉਹਨੂੰ ਆਪਣੇ ਹੁਕਮਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਹੋਈ ਕਿ ਮੈਂ ਇੱਕ ਐਗਜ਼ਾਮਪਲ, ਕਿਉਂਕਿ ਇੰਦਰਪ੍ਰੀਤ ਉਹਨਾਂ ਨੇ ਐਗਜ਼ਾਮਪਲ ਦੀ ਗੱਲ ਕੀਤੀ ਹੈ, ਔਰ ਸਰਕਾਰਾਂ ਦੇ ਵਿੱਚ ਜਾਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੀ ਪੋਸਟ ਦੀ ਕਿੰਨੀ ਕੁ ਵੈਲੀ ਹੁੰਦੀ ਹੈ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ। ਗੱਲ 2007 ਤੋਂ ਲੈ ਕੇ 2012 ਦੀ ਸੀਗੀ, ਸੁਖਬੀਰ ਸਿੰਘ ਬਾਦਲ ਉਹਨਾਂ ਉਪ ਮੁੱਖ ਮੰਤਰੀ ਹੁੰਦੇ ਸੀਗੇ। ਮੈਨੂੰ ਮੌਕਾ ਮਿਲਿਆ ਜਲੰਧਰ ਤੋਂ ਆਦਮਪੁਰ ਏਅਰਪੋਰਟ ਤੱਕ ਉਹਨਾਂ ਦੇ ਜਾਣ ਦਾ, ਔਰ ਆਦਮਪੁਰ ਏਅਰਪੋਰਟ ਤੋਂ ਪਹਿਲੇ ਇੱਕ ਫਾਟਕ ਆਉਂਦਾ, ਫਾਟਕ ਦੇ ਉੱਤੇ ਗੱਡੀਆਂ ਰੁਕੀ, ਪਿੱਛੇ ਵਾਲੀ ਗੱਡੀ ਤੋਂ ਇੱਕ ਵਿਅਕਤੀ ਉਤਰ ਕੇ ਆਇਆ ਕਿ ਜੀ ਮੇਰੇ ਖਿਆਲ ਸੁਖਬੀਰ ਜੀ ਦੀ ਛੋਟੀ ਬੇਟੀ ਦਾ ਫੋਨ ਸੀਗਾ ਉਹ, ਤੇ ਉਹਨਾਂ ਦੀ ਬੇਟੀ ਨੂੰ ਕੋਈ ਹੋਮਵਰਕ ਕਰਨਾ ਸੀਗਾ ਆਪਣੇ ਸਕੂਲ ਦਾ, ਤੇ ਉਹਨੇ ਕੁਛ ਸਵਾਲ ਪੁੱਛੇ, ਸ਼ਾਇਦ ਸੁਖਬੀਰ ਜੀ ਨੂੰ ਉਸ ਗੱਲ ਦੇ ਸਵਾਲ ਦਾ ਜਵਾਬ ਨਾ ਆਉਂਦਾ ਹੋਏ, ਔਰ ਇੰਨੀ ਤਾਂ ਗੱਡੀਆਂ ਰੋਕਣ ਕਰਕੇ ਸਾਰੇ ਅਫਸਰ, ਵੱਡੇ ਵੱਡੇ ਅਫਸਰ, ਅੱਜ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਹੈਗੇ ਨੇ, ਉਹ ਸਾਰੇ ਸਾਹਮਣੇ ਖੜੇ ਸੀਗੇ। ਸੁਖਬੀਰ ਸਿੰਘ ਬਾਦਲ ਉਹਨਾਂ ਆਪਣੀ ਬੇਟੀ ਦੇ ਪੁੱਛੇ ਹੋਏ ਸਵਾਲਾਂ ਨੂੰ ਪੁੱਛ ਰਹੇ ਸੀਗੇ, ਤੇ ਜਿੰਨੇ ਵੀ ਅਫਸਰ ਸੀਗੇ, DC ਔਰ ਜਿੰਨੇ ਵੀ ਸੀਗੇ, ਉਹ ਸਾਰੇ ਹੱਥ ਖੜੇ ਖੜੇ ਕਰਕੇ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਸੀਗੇ। ਔਰ ਉਸ ਤੋਂ ਬਾਅਦ ਫਿਰ ਉਹ ਬੇਟੀ ਦਾ ਹੋਮਵਰਕ ਇੱਦਾਂ ਕਰਾਇਆ ਗਿਆ, ਤੇ ਇਸ ਕਰਕੇ ਸਰਕਾਰਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਇਹ ਬੇਟੀ ਦੇ ਹੋਮਵਰਕ, ਬੱਚਿਆਂ ਦੇ ਹੋਮਵਰਕ ਕਰਾਉਣ ਤੋਂ ਲੈ ਕੇ ਵੱਡੇ ਵੱਡੇ ਕੰਮ ਵੀ ਇਹਨਾਂ ਅਫਸਰਾਂ ਤੋਂ ਸਰਕਾਰਾਂ ਕਰਾਉਣ ਦੇ ਵਾਸਤੇ ਸਕਸ਼ਮ ਹੋਣਗੀਆਂ। ਭਾਸਕਰ ਸਾਹਿਬ, ਤੁਹਾਡੀ ਤੇ ਸੁਖਬੀਰ ਨਾਲ ਕਿਸੇ ਵੇਲੇ ਯਾਰੀ ਹੋਊਗੀ ਜਾਂ ਹੁਣ ਵੀ ਆ, ਸਾਡੇ ਨਾਲ ਤੁਸੀਂ ਉਹ ਨਾਰਾਜ਼ ਕਰਾ ਦੇਣੇ। ਅੱਗੇ ਬੜੇ ਪ੍ਰਧਾਨ ਜੀ ਔਖੇ ਰਹਿੰਦੇ ਆ, ਉਹ ਕਹਿੰਦੇ ਸਾਡੀ ਪਾਰਟੀ ਦਾ ਨਾਂ ਨਹੀਂ ਲੈਣਾ। ਇਹ ਪਹਿਲੇ ਪ੍ਰਧਾਨ ਨੇ ਜਿਹੜੇ ਕਹਿੰਦੇ ਆ ਵੀ ਮੀਡੀਆ 'ਚ ਸਾਡਾ ਨਾਂ ਨਾ ਲਓ, ਅਸੀਂ ਆਪੇ ਲਵਾਂਗੇ, ਅਸੀਂ ਸਾਰਾ ਆਪਣੇ ਮੀਡੀਆ ਤੋਂ ਕਰਾਵਾਂਗੇ। ਸ਼ਾਇਦ ਪ੍ਰਧਾਨ ਜੀ ਨੂੰ ਇਸੇ ਨਾਂ ਦਾ ਖਮਿਆਜਾ ਭੁਗਤਣਾ ਪੈ ਰਿਹਾ। ਸਭ ਤੋਂ ਵੱਡੀ ਹੁੰਦੀ ਆ ਆਲੋਚਨਾ, ਆਲੋਚਨਾ ਸਹਿਣੀ ਸਿੱਖ ਲਈ ਜਿਹੜੇ ਜਾਂ ਜਿਹਨੇ ਉੱਤੋਂ ਸਿੱਖ ਲਿਆ ਕੁੱਝ, ਮੇਰਾ ਖਿਆਲ ਉਹੀ ਬਿਹਤਰ ਪ੍ਰਸ਼ਾਸਕ ਹੋ ਸਕਦਾ। ਇੱਥੇ ਇੱਕ ਸਵਾਲ ਇੰਦਰਪ੍ਰੀਤ ਜੀ ਬਹੁਤ ਅਹਿਮ ਆ, ਉਹ ਸਵਾਲ ਇਹ ਆ ਕਿ ਗੁਰਮੀਤ ਸਿੰਘ ਚੌਹਾਨ ਨੇ ਇੱਕ ਤੋਂ ਵੱਧ ਇੰਟਰਵਿਊ ਦਿੱਤੀਆਂ ਸੀ, ਔਰ ਹਰੇਕ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਨਹੀਂ ਜਵਾਬ ਦੇ ਸਕਦਾ, ਮੇਰੀਆਂ ਅਥਾਰਟੀਜ਼, ਹਾਇਰ ਅਥਾਰਟੀਜ਼ ਨਾਲ ਗੱਲ ਕਰੋ। ਮੈਂ ਆਪਣੀ ਹਾਇਰ ਅਥਾਰਟੀਜ਼ ਨੂੰ ਸਭ ਦੱਸ ਦਿੱਤਾ ਹੈ, ਮੈਂ ਉਹਨਾਂ ਨੂੰ ਮਤਲਬ ਇਹ ਫੈਸਲਾ ਐਡਾ ਸੌਖਾ ਨਹੀਂ ਸੀ, ਪਰ ਹੁਣ MLA ਦਾ ਪ੍ਰੈਸ਼ਰ ਪੈ ਗਿਆ ਜਾਂ ਉਹਦਾ ਇੱਕ ਗੁੱਟ ਹੈ ਕਿ ਇਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਵੀ ਕੋਈ ਵੀਟੋ ਕੀਤਾ ਵੀ ਮੇਰਾ MLA ਵੀ ਮੈਂ ਸਪੀਕਰ ਹਾਂ। ਸਾਰੇ ਸਵਾਲ ਆਪਾਂ ਪਾਸੇ ਰੱਖ ਦਿੰਦੇ ਹਾਂ। ਇੰਦਰਪ੍ਰੀਤ ਜੀ, ਸਵਾਲ ਇਸ ਨਾਲ ਵੀ ਸਾਂਝ ਪਵਾਓ ਕਿ 2 IS ਅਧਿਕਾਰੀਆਂ ਦੀ ਸਸਪੈਂਸ਼ਨ ਤੋਂ ਬਾਅਦ ਅੱਜ ਕਰੂਸ਼ਲ ਦਿਨ ਆ, 29 ਤਰੀਕ ਨੂੰ 30 ਦਿਨ ਹੋ ਗਏ, ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਇਹ 1 ਮਹੀਨੇ ਦਾ ਹੁੰਦਾ ਹੈ ਵੀ ਅਗਰ ਤੁਸੀਂ ਕਿਸੇ ਅਫਸਰ ਦੇ ਖਿਲਾਫ਼ ਕੋਈ ਐਕਸ਼ਨ ਲਿੱਤਾ ਹੈ IS ਅਧਿਕਾਰੀ ਦੇ ਖਿਲਾਫ਼, ਉਹਦੀ ਅਪਰੂਵਲ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ, ਤੇ ਉਹ ਅਪਰੂਵਲ ਲੈਣ ਲਈ ਪ੍ਰੋਪਰ ਇੱਕ ਕੇਸ ਬਣਾ ਕੇ ਭੇਜਣਾ ਪੈਂਦਾ ਕਿ ਆਹ ਕੇਸ ਹੈ ਪੂਰਾ ਜਿਹਦੇ ਕਰਕੇ ਅਸੀਂ ਉਹਨੂੰ ਸਸਪੈਂਡ ਕੀਤਾ, ਜੋ ਕਿ ਨਹੀਂ ਭੇਜਿਆ ਗਿਆ। ਇਹ ਇਨਫੋਰਮੇਸ਼ਨ ਜ਼ਰੂਰ ਭੇਜੀ ਗਈ ਹੈ ਕਿ ਅਸੀਂ ਉਹਨਾਂ ਨੂੰ ਸਸਪੈਂਡ ਕੀਤਾ, ਲੇਕਿਨ ਕਿਸ ਕੇਸ ਦੇ ਵਿੱਚ ਕੀ ਇਸ਼ੂ ਉਹਨਾਂ ਦੇ ਆਏ, ਉਹਨਾਂ ਦੀ ਕੀ ਭੂਮਿਕਾ ਸੀ ਉਹਦੇ ਵਿੱਚ, ਉਹ ਸਾਰੀ ਜਿਹੜੀ ਇੱਕ ਕੇਸ ਪੂਰਾ ਜਿਹਨੂੰ ਕਹਿੰਦੇ ਵੀ ਜਾਂਚ ਕਰਕੇ ਤਿਆਰ ਕਰਕੇ ਭੇਜਣਾ ਹੁੰਦਾ, ਉਹ ਨਹੀਂ ਭੇਜਿਆ ਗਿਆ। ਉਸ ਤੋਂ ਬਾਅਦ ਅਗਰ ਤੁਸੀਂ ਇੱਦਾਂ ਦਾ ਨਹੀਂ ਕਰਦੇ ਔਰ ਜਾਂ ਗਵਰਨਮੈਂਟ ਆਫ ਇੰਡੀਆ ਇਸ ਤੋਂ ਸੰਤੁਸ਼ਟ ਨਹੀਂ ਹੁੰਦੀ ਤੁਹਾਡੇ ਜਿਹੜਾ ਕੇਸ ਬਣਾਇਆ ਹੋਇਆ, ਤਾਂ ਉਹ 1 ਮਹੀਨੇ ਬਾਅਦ ਆਟੋਮੈਟਿਕ ਹੀ ਜਿਹੜਾ ਬਹਾਲ ਹੋ ਜਾਂਦੇ ਹੈ। ਤੋ ਜੋ ਮੈਨੂੰ ਸੂਚਨਾ ਮਿਲ ਰਹੀ ਹੈ, ਅਜੇ ਮੈਂ ਨਹੀਂ ਇਹਨੂੰ ਪੁਖਤਾ ਨਹੀਂ ਕਰ ਰਿਹਾ ਕਿ ਇਹ
बिल्कुल सही जानकारी। उहदे विच इह तां घट्टो घट्ट आ रहा है वी शायद डीके तिवारी नूं तां रीइंस्टेट कीता जा सकदा है, क्योंकि जिहड़ी तुसीं उदों गल कीती सी कि मुख मंत्री खफा इस गल तों नहीं सी वी यार हाई कोर्ट सानूं झाड़ चंब पै गई, ਉਹ ਇਸ ਗੱਲ ਤੋਂ ਜ਼ਿਆਦਾ ਦੁਖੀ ਸੀਗੇ ਕਿ ਯਾਰ ਲੀਕੇਜ ਕਿਵੇਂ ਹੋ ਰਹੀਆਂ ਨੇ, ਫਾਈਲਾਂ ਲੀਕ ਕਿਵੇਂ ਹੋ ਰਹੀਆਂ ਨੇ। ਇਸ ਕਰਕੇ ਕਿਉਂਕਿ ਉਸ ਦਾ ਫਾਇਦਾ ਮੈਨੂੰ ਲੱਗਦਾ ਕਿ ਸ਼ਾਇਦ ਡੀ ਕੇ ਤਿਵਾਰੀ ਨੂੰ ਮਿਲੇਗਾ, ਔਰ ਕਿਉਂਕਿ ਉਹ ਉਹਨਾਂ ਦਿਨਾਂ 'ਚ ਬਾਹਰ ਸੀਗੇ, ਆਊਟ ਆਫ ਕੰਟਰੀ ਸੀ, ਇਸ ਕਰਕੇ ਉਹਨਾਂ ਨੂੰ ਤਾਂ ਸ਼ਾਇਦ ਬਹਾਲ ਕਰਤਾ ਜਾਏ। ਲੇਕਿਨ ਜਿਹੜੇ ਖਹਿਰਾ ਸਾਹਿਬ ਨੇ, ਗੁਰਪ੍ਰੀਤ ਸਿੰਘ ਖਹਿਰਾ, ਉਹਨਾਂ ਦੇ ਉਹਨਾਂ ਨੂੰ ਥੋੜ੍ਹਾ ਹਜੇ ਸ਼ਾਇਦ ਵੇਟ ਕਰਨਾ ਪਏਗਾ। ਇਹਦਾ ਮਤਲਬ ਅੱਜ ਡੀ ਕੇ ਤਿਵਾੜੀ ਸੰਬੰਧੀ ਕੋਈ ਫੈਸਲਾ ਆ ਸਕਦਾ? ਅੱਜ ਫਰਾਈਡੇ ਆ, ਸਰਕਾਰ ਦਾ ਇਸ ਹਫਤੇ ਦਾ ਆਖਰੀ, हाँ मेरे ख्याल है कि आज शायद ना कोई फैसला हो जाएगा शाम तक। बिल्कुल ठीक है, पर हुण अगला सवाल भी नाल ही एड्रेस कर दिओ। हरियाणा कमेटी दे मामले दे विच वोटां बनण दा काम चल रहा तेजी नाल, उहदे संबंधी हाई कोर्ट च एक पटीशन गई है, वह की है ये जरा सांझ पा दिओ। फिर भास्कर साहब तो ये जानकारी हासिल करते हैं कि सुखराज सिंह इस बारी अगले दो हफ्तों बाद जदों अपनी मरण वरत ते जाण दी गल कह चुके आ ਬੇਅਦਬੀ ਮਾਮਲਿਆਂ 'ਚ, ਤਾਂ ਸਰਕਾਰ 'ਤੇ ਵੀ ਪ੍ਰੈਸ਼ਰ ਹੋਊਗਾ ਕਿ ਉਹਨਾਂ ਨੇ ਇੱਕ ਹੋਰ SIT ਨੌ ਨਿਹਾਲ ਸਿੰਘ ਵਾਲੀ ਦੀ ਅਜੇ ਚਾਰਜਸ਼ੀਟ ਦਾਇਰ ਕਰਨੀ ਹੈ। ਕੀ ਕਹਿੰਦੇ ਹੋ ਇੰਦਰਪ੍ਰੀਤ ਜੀ? ਰੰਧਾਵਾ ਸਾਹਿਬ, ਕਰਨਾਲ ਦੇ ਇੱਕ ਅੰਗਰੇਜ਼ ਸਿੰਘ ਹੈਗੇ ਨੇ ਜਿਨ੍ਹਾਂ ਨੇ ਯਾਚਿਕਾ ਦਾਇਰ ਕੀਤੀ ਹੈ ਹਾਈ ਕੋਰਟ ਦੇ ਵਿੱਚ, ਜਿਹੜਾ ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਉਹਨੂੰ ਲੈ ਕੇ। ਹਰਿਆਣਾ ਦੇ ਵਿੱਚ ਕਿਉਂਕਿ ਇਲੈਕਸ਼ਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣੇ ਆ, ਇਸ ਕਰਕੇ ਇਲੈਕਸ਼ਨ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉੱਥੇ ਉਹਨਾਂ ਨੇ ਸਿੱਖ ਦੀ ਪਰਿਭਾਸ਼ਾ ਨੂੰ ਲੈ ਕੇ ਸਵਾਲ ਉਠਾਇਆ। ਉਹਨਾਂ ਨੇ ਕਿਹਾ ਵੀ ਜਿਹੜੇ ਦੂਜੇ ਡੇਰੇਦਾਰ ਨੇ, ਜਿਸ ਤਰ੍ਹਾਂ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਜੀਵੰਤ ਗੁਰੂ ਮੰਨਦੇ ਹਾਂ, ਇਸ ਤੋਂ ਇਲਾਵਾ ਕੁਛ ਨਹੀਂ, ਸਿੱਖ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਤੇ ਹੋਰ ਕਿਸੇ ਨੂੰ ਨਹੀਂ। ਜਿਹੜੀ ਉੱਥੇ ਮਤਲਬ ਵੋਟਾਂ ਬਣਾਉਣ ਦੀ ਜੋ ਪਰਿਭਾਸ਼ਾ ਦਿੱਤੀ ਹੋਈ ਹੈ ਉਹਦੇ ਵਿੱਚ ਕੋਈ ਵੀ ਸਿੱਖ, ਇਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਵਾਲੀ ਲਾਈਨ ਪਾਈ ਨਹੀਂ ਹੋਈ, ਤੇ ਉਹਦੇ 'ਚ ਉਹਨਾਂ ਨੂੰ ਲੱਗ ਰਿਹਾ ਕਿ ਇਹ ਦਿੱਕਤ ਹੈ। ਇਹਦੇ ਨਾਲ ਤਾਂ ਜਿਹੜੇ ਡੇਰਾ ਸੱਚਾ ਸੌਦਾ ਵਾਲੇ ਨੇ ਜਾਂ ਡੇਰਾ ਰਾਧਾ ਸਵਾਮੀ ਵਾਲੇ ਨੇ ਜਾਂ ਕੋਈ ਹੋਰ ਡੇਰੇਦਾਰ ਵੀ ਜਿਹੜੇ ਹੈਗੇ ਨੇ ਉਹ ਵੀ ਵੋਟਾਂ ਬਣਾ ਸਕਦੇ ਨੇ, ਤੁਸੀਂ ਉਹਨਾਂ ਲਈ ਰਾਹ ਖੁੱਲਾ ਛੱਡਦਾ ਹੈ। ਸੋ ਉਸ ਨੂੰ ਲੈ ਕੇ ਇਹਨਾਂ ਨੇ ਇੱਕ ਯਾਚਿਕਾ ਦਾਇਰ ਕੀਤੀ ਹੈ ਤੇ ਉਹਦੇ ਉੱਤੇ ਨੋਟਿਸ ਹੋਇਆ ਸਰਕਾਰ ਨੂੰ। ਇਹ ਤਾਂ ਅੱਗੇ ਹਜੇ ਟਾਈਮ ਲੱਗੇਗਾ, ਮੈਨੂੰ ਲੱਗਦਾ ਕਿ ਡਿਲੇ ਟੈਕਟਿਸ ਵੀ ਹੋ ਸਕਦਾ ਕਿ ਹਜੇ ਇਲੈਕਸ਼ਨਾਂ ਥੋੜਾ ਅੱਗੇ ਪਾਤੀਆਂ ਜਾਣ। ਇਸ ਤਰ੍ਹਾਂ ਦੇ ਕਈ ਵਾਰ ਇਲੈਕਸ਼ਨ ਜਦੋਂ ਹੁੰਦੇ ਆ ਤਾਂ ਇਸ ਤਰ੍ਹਾਂ ਦੀਆਂ ਜਿਹੜਾ ਚੀਜ਼ਾਂ ਆਉਂਦੀਆਂ ਨੇ ਤਾਂ ਇਹ ਵੀ ਇੱਕ ਮਤਲਬ ਸਮੱਸਿਆ ਹੋ ਜਾਂਦੀ ਹੈ ਕਿ ਇਲੈਕਸ਼ਨ ਕਰਵਾਉਣੇ ਕਦੋਂ ਹੈ। ਮੈਨੂੰ ਲੱਗਦਾ ਕਿ ਹਰਿਆਣਾ 'ਚ ਤਾਂ ਫਟਾਫਟ ਪਹਿਲੀ ਵਾਰ ਤਾਂ ਇਲੈਕਸ਼ਨ ਹੋਣੇ ਜਾ ਹੀ ਰਹੇ ਸੀ, ਤਾਂ ਸਾਰੀਆਂ ਧਿਰਾਂ ਨੂੰ ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਸੀ ਵੀ ਫਟਾਫਟ ਇਲੈਕਸ਼ਨ ਹੋਏ, ਜਿਹਨੂੰ ਲੈ ਕੇ ਅਸੀਂ ਇੰਨੀ ਲੰਬੀ ਲੜਾਈ ਲੜੀ ਹੈ ਵੀ ਅਸੀਂ SGPC ਤੋਂ ਅੱਡ ਹੋ ਕੇ ਅਸੀਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਹੈ, ਤੇ ਉਹਦੇ 'ਚ ਫਿਰ ਹੁਣ ਇੱਕ ਅੜਚਨ ਜੀ ਆ ਗਈ ਆ। ਹੁਣ ਦੇਖੋ ਇਹ ਫੈਸਲਾ ਕਿੰਨੀ ਦੇਰ ਤੱਕ ਹੁੰਦਾ। ਕਈ ਵਾਰੀ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਪਵਾ ਵੀ ਦਿੱਤੀਆਂ ਜਾਂਦੀਆਂ, ਹੁਣ ਸਿਆਸੀ ਧਿਰ ਕਿਹੜੀ ਨੂੰ ਦੁਬਾਰਾ ਨਹੀਂ ਸਿਖਾ ਰਿਹਾ ਤੇ ਉਹਨੇ ਅੱਗੇ ਵਧਾਤੀ ਸ਼੍ਰੋਮਣੀ ਕਮੇਟੀ ਦੀ ਚੋਣ, ਬੜੇ ਬੜੇ ਸਾਲ ਅਟਕੀ ਰਹਿੰਦੀ ਆ। ਸਹਿਜਧਾਰੀ ਸਿੱਖਾਂ ਦੀ ਇੱਕ ਸੰਸਥਾ ਹੈ, ਉਹਨੇ ਇਹ ਕੇਸ ਅੱਗੇ ਵਧਾਇਆ ਹੋਇਆ ਸੀ। ਇਨ ਦਾ ਮੇਨ ਟਾਈਮ ਪਿਛਲਾ ਹਾਊਸ ਜਦੋਂ ਗਠਿਤ ਹੁੰਦਾ ਹੈ ਤਾਂ ਉਹ ਇੱਕ ਦਿਨ ਵੀ ਆਪਣਾ ਕੰਮ ਨਹੀਂ ਕਰ ਸਕਿਆ ਸੀ, ਤੁਹਾਨੂੰ ਯਾਦ ਹੋਣਾ, ਤੇ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹਨਾਂ ਨੇ ਲਗਭਗ ਕਈ ਸਾਲ ਬਿਨਾਂ ਕਾਰਜਕਾਰਨੀ ਦੀ ਵੀ ਕੋਈ ਜਿਹੜੀ ਆਪਣਾ ਚੋਣ ਜਿਹੜੀ ਹੁੰਦੀ ਹੈ ਸਾਲਾਨਾ ਪ੍ਰਧਾਨ ਦੀ, ਉਹ ਵੀ ਨਹੀਂ ਹੋਈ। ਉਹ ਉਦਾਂ ਹੀ ਪ੍ਰਧਾਨ ਚੱਲੀ ਗਏ, ਦੱਬੂ ਘੁਸੜੋ ਚੱਲੀ ਗਿਆ। ਹੁਣ ਸਵਾਲ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਇਸ ਸੰਸਥਾ ਦੇ ਵਿੱਚ ਕਿਸ ਪਾਸੇ ਰੱਖੇ ਜਾਣ, ਚੱਲਦੇ ਰਹਿਣ ਸਮਾਨੰਤਰ, ਲੇਕਿਨ ਜਿੱਦਾਂ ਆਮ ਵਿਧਾਨ ਸਭਾਵਾਂ ਦੀਆਂ ਪਾਰਲੀਮੈਂਟ ਦੀਆਂ ਕਦੇ ਵੀ ਇਲੈਕਸ਼ਨ ਨਹੀਂ ਟਲਦੀਆਂ, ਇਲੈਕਸ਼ਨਾਂ ਹੁੰਦੀਆਂ ਰਹਿਣ, ਗੱਲ ਚੱਲਦੀ ਰਹਿਣੀ ਚਾਹੀਦੀ ਹੈ। ਪਰ ਹੁਣ ਇੱਥੇ ਸਿੱਖ ਦੀ ਪਰਿਭਾਸ਼ਾ ਕੀ ਹੈ ਤੇ ਇੱਕ ਵੋਟਰ ਦੀ ਪਰਿਭਾਸ਼ਾ ਕੀ ਹੈ, ਦੋਨਾਂ 'ਚ ਵੀ ਅੰਤਰ ਹੈ। ਇੱਕ ਸਿੱਖ ਬਤੌਰ ਸਿੱਖ ਆਇਡੈਂਟੀ ਵਜੋਂ ਉਹ ਕੌਣ ਹੈ, ਤੇ ਦੂਜਾ ਸ਼੍ਰੋਮਣੀ ਕਮੇਟੀ ਜਾਂ ਹਰਿਆਣਾ ਕਮੇਟੀ ਦਾ ਵੋਟਰ, ਉਹਦੇ ਲਈ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ? ਇਹ ਦੋ ਵੱਖਰੇ ਮਾਮਲੇ ਹੋ ਸਕਦੇ ਆ ਭਾਸਕਰ ਸਾਹਿਬ। ਬੇਅਦਬੀ ਮਾਮਲਿਆਂ ਦੇ ਵਿੱਚ ਸੁਖਰਾਜ ਸਿੰਘ ਮਰਨ ਵਰਤ ਰੱਖਣ ਦਾ ਦਾਅਵਾ ਕਰ ਚੁੱਕੇ ਆ, ਇਸ ਵਾਰੀ ਇਸ ਸਥਿਤੀ ਨੂੰ ਕਿਵੇਂ ਵੇਖੀਏ? ਕਿਉਂਕਿ ਬਹੁਤ ਹੜਤਾਲ ਤੇ ਬਹੁਤ ਮਰਨ ਵਰਤ ਤੇ ਬਹੁਤ ਧਰਨੇ, ਹੁਣ ਇਹਨਾਂ ਇਹ ਮੀਨਿੰਗਲੈਸ ਵੀ ਹੁੰਦੇ ਜਾ ਰਹੇ ਆ। ਜੀ ਬਿਲਕੁਲ, ਪਹਿਲੇ ਇਸ ਤੋਂ ਪਹਿਲੇ ਦੀ ਓਰੀਜਨਲ ਸਿੱਖ ਦੀ ਗੱਲ ਜਿਹੜੀ ਕੀਤੀ ਹੈ, ਵੋਟਰ ਕੌਣ ਹੋ ਸਕਦਾ, ਉਹਦੇ ਉੱਤੇ ਮੈਂ ਇਹ ਕਮੈਂਟ, ਧਰਮ ਦੇ ਆਧਾਰ ਦੇ ਉੱਤੇ ਜਦ ਵੀ ਕਿਸੇ ਨੂੰ ਤੁਸੀਂ ਵੋਟਰ ਬਣਾਉਣਾ ਹੁੰਦਾ ਬੜਾ ਔਖਾ ਕੰਮ ਹੁੰਦਾ। ਹੁਣ ਚਲੋ ਸਿੱਖੀ ਦੀ ਗੱਲ ਤੇ ਇੰਦਰਪ੍ਰੀਤ ਉਹਨਾਂ ਕਰਕੇ ਹਟੇ ਨੇ, ਮੁਸਲਿਮ ਧਰਮ ਦੇ ਵਿੱਚ ਅਗਰ ਕੋਈ ਵਿਅਕਤੀ ਵਿਆਜ ਲੈਂਦਾ ਤੇ ਵਿਆਜ ਹਰਾਮ ਹੈ। ਜੇ ਕੋਈ ਏਦਾਂ ਦੇ ਇਲੈਕਸ਼ਨ ਕਰਾਉਣ ਦੀ ਵਾਰੀ ਆ ਗਈ ਤੇ ਤੁਸੀਂ ਇਹ ਦੇਖੋ ਕਿ ਜਿਸ ਵੀ ਮੁਸਲਿਮ ਦਾ ਅਗਰ ਬੈਂਕ ਅਕਾਊਂਟ ਹੈਗਾ ਔਰ ਕੋਈ ਵਿਆਜ ਉਹਦੇ ਖਾਤੇ ਚੜਿਆ ਹੋਇਆ ਤੇ ਵੋਟ ਦੇਣ ਦਾ ਅਧਿਕਾਰ ਹੀ ਨਹੀਂ,
और ऐदां दी बहुत सारी कड़ी शर्तां कई धर्मां दे विच हैगी है, बड़ा औखा हैगा ਇਹ ਤੇ ਉਹੀ ਗੱਲ ਹੈਗੀ ਹੈ ਸੇਬਾਂ ਦੇ ਟਰੱਕ ਚੋਂ ਸਹੀ ਸੇਬ ਲੱਭਣੇ ਔਰ ਉਹ ਬਹੁਤ ਜ਼ਬਰਦਸਤ ਆਪਣੇ ਆਪ 'ਚ ਇੱਕ ਐਕਟੀਵਿਟੀ ਹੈਗੀ ਹੈ। ਚਲੋ ਹੁਣ ਗੱਲ ਕਰੀਏ ਸੁਖਰਾਜ ਸਿੰਘ ਉਹਨਾਂ ਦੀ। ਸੁਖਰਾਜ ਸਿੰਘ ਉਹਨਾਂ ਨੇ ਇਹ ਹੁਣ ਧਮਕੀ ਦੇ ਦਿੱਤੀ ਵੀ 2 ਹਫ਼ਤਿਆਂ ਦੇ ਵਿੱਚ ਮਰਨ ਵਰਤ 'ਤੇ ਮੈਂ ਜਾ ਰਿਹਾ ਜੇ ਇਸ ਕੇਸ ਨੂੰ ਫਾਇਰਿੰਗ ਵਾਲਾ ਗੋਲੀਕਾਂਡ ਵਾਲੇ ਕੇਸ ਨੂੰ ਅਗਰ ਲੌਜੀਕਲ ਕੰਕਲੂਜਨ 'ਤੇ ਨਹੀਂ ਪਹੁੰਚਾਇਆ ਗਿਆ। ਤੁਸੀਂ ਇਹ ਦੇਖੋ ਕਿ ਸੁਖਰਾਜ ਸਿੰਘ ਉਹਨਾਂ ਕਦੀ ਜਿਹੜੇ SIT ਦੇ ਇੰਚਾਰਜ ਸੀਗੇ ਉਮਰ ਵਿਜੇ ਪ੍ਰਤਾਪ ਉਹਨਾਂ, ਉਹਨਾਂ ਦੇ ਬੜੇ ਕਲੋਜ਼ ਸੀਗੇ। ਤੇ ਉਸ ਤੋਂ ਬਾਅਦ ਸੁਖਰਾਜ ਸਿੰਘ ਉਹਨਾਂ ਨੇ ਉਮਰ ਵਿਜੇ ਪ੍ਰਤਾਪ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਕਿ ਇਹਨਾਂ ਨੇ ਵਿਟਨੈਸ ਨੂੰ ਐਕਿਊਜ਼ ਬਣਾ ਦਿੱਤਾ ਤੇ ਐਕਿਊਜ਼ ਨੂੰ ਵਿਟਨੈਸ ਬਣਾ ਦਿੱਤਾ ਔਰ ਉਸ ਤੋਂ ਬਾਅਦ ਉਹ ਤਲਖੀ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੀ। ਹੁਣ ਉਹੀ ਸੁਖਰਾਜ ਸਿੰਘ ਜਿਹੜੇ ਕਦੀ ਸਰਕਾਰ ਦੀ ਤਾਰੀਫ ਕਰਦੇ ਹੋਏ ਵੀ ਨਜ਼ਰ ਆਉਂਦੇ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ, ਲੇਕਿਨ ਨੌਨਿਹਾਲ ਸਿੰਘ ਉਹਨਾਂ ਦੀ ਰਿਪੋਰਟ ਦੇ ਉੱਤੇ ਹਜੇ ਤੱਕ ਨਾ ਆਣੀ ਔਰ ਇਸ ਮੁੱਦੇ ਨੂੰ ਡਿਲੇ ਕਰਨ ਦੇ ਮੁੱਦੇ ਦੇ ਉੱਤੇ ਇਹ ਗੱਲ ਕਹੀ ਹੈ। ਪਰ ਚਲੋ ਹੱਕ ਹੈ, ਕਰਨਾ ਚਾਹੀਦਾ ਹੈ। ਪਰ ਹੁਣ ਉਹ 2 ਹਫ਼ਤੇ ਬਾਅਦ ਜਦ ਮਰਨ ਵਰਤ ਦੀ ਜਿਹੜੀ ਉਹਨਾਂ ਨੇ ਧਮਕੀ ਆ ਇੱਕ ਤਰੀਕੇ ਨਾਲ ਅਨਾਊਂਸ ਕੀਤਾ ਹੈ, ਉਸ ਤੋਂ ਬਾਅਦ ਸਰਕਾਰ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਔਰ ਨੌਨਿਹਾਲ ਸਿੰਘ ਉਹਨਾਂ ਵਾਲੀ ਰਿਪੋਰਟ ਕੀ ਉਸ ਤੋਂ ਪਹਿਲੇ ਸਬਮਿਟ ਹੋ ਜਾਂਦੀ ਹੈ, ਕਿ ਇਹ ਸਾਰੀ ਇਨਵੈਸਟੀਗੇਸ਼ਨ ਸਹੀ ਦਿਸ਼ਾ ਦੇ ਵਿੱਚ ਜਾਂਦੀ ਹੋਈ ਨਜ਼ਰ ਆਉਂਦੀ ਹੈ। ਇਹਨਾਂ ਸਾਰੀ ਗੱਲਾਂ ਦੇ ਉੱਤੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇੱਕ ਧਮਕੀ ਤੋਂ ਬਾਅਦ ਇੱਕ ਅਨਾਊਂਸਮੈਂਟ ਤੋਂ ਬਾਅਦ ਜੇ ਸਾਰੀ ਰਿਪੋਰਟਾਂ ਸਬਮਿਟ ਹੋ ਜਾਂਦੀ ਹੈ ਤੇ ਤੁਸੀਂ ਦੇਖੋ ਕਿ ਸਿਰਫ ਧਮਕੀ ਦੀ ਲੋੜ ਸੀਗੀ। ਸਰਕਾਰ ਧਮਕੀ ਤੋਂ ਡਰ ਕੇ ਆ ਸਾਰੀ ਚੀਜ਼ਾਂ ਇੰਨੀ ਤੀਵਰ ਗਤੀ ਨਾਲ ਕਰਕੇ ਉਹ ਨਾਲ ਦੇ ਨਾਲ ਹੀ ਲੌਜੀਕਲ ਕੰਕਲੂਜਨ ਤੇ ਪਹੁੰਚਾ ਦਿੰਦੀ ਹੈ, ਤੇ ਫਿਰ ਇਨਵੈਸਟੀਗੇਸ਼ਨ ਨੂੰ ਤੁਸੀਂ ਕਿਸ ਰੂਪ ਨਾਲ ਦੇਖ ਸਕਦੇ ਹੋ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ। ਰੁਪੇ ਜੀ, ਜੇ ਤੁਸੀਂ ਠੀਕ ਸਮਝਦੇ ਹੋ ਤਾਂ ਅੱਗੇ ਵਧੀਏ, ਨਹੀਂ ਤਾਂ ਖਤਮ ਕਰੀਏ। ਅੱਜ ਫਿਰ ਦੂਜਾ ਦਿਨ ਹੈ ਕਿਸਾਨਾਂ ਦੇ ਰੇਲ ਰੋਕਣ ਦਾ, ਤੇ ਡਾਕਟਰ MS ਸਵਾਮੀਨਾਥਨ ਜੀ ਵੀ ਨਹੀਂ ਰਹੇ। ਉਹ ਹੁਣ ਦੋ ਚੀਜ਼ਾਂ ਜਿਹੜੀਆਂ ਨੇ ਕਿ ਉਹ ਤਾ ਉਮਰ ਇਹਨਾਂ ਲਈ ਲੜਦੇ ਰਹੇ, ਇਹਨਾਂ ਦੇ ਮਾਮਲੇ ਅਜੇ ਵੀ ਨਹੀਂ ਮੁੱਕੇ। ਕਿਸਾਨੀ ਲਗਾਤਾਰ ਨਿਗਾਰ 'ਚ ਹੈ, ਪਰੇਸ਼ਾਨੀ 'ਚ ਹੈ, ਪਰ ਲੋਕਾਂ ਨੂੰ ਨਾਲ ਪਰੇਸ਼ਾਨੀ ਇਹਨਾਂ ਰੇਲਾਂ ਰੋਕਣ ਨਾਲ ਵੀ ਹੁੰਦੀ ਹੈ। ਕੀ ਕਹਿੰਦੇ ਨਵਾਂ ਸਾਹਿਬ? ਬਹੁਤ ਦੁਖਦ ਦਿਨ ਹੈ ਕਿ ਡਾਕਟਰ ਸਵਾਮੀਨਾਥਨ ਨਹੀਂ ਰਹੇ। ਮੈਂ ਸਿਰਫ ਇੱਕ ਗੱਲ ਇਹਦੇ 'ਚ ਇਹ ਕਰਨਾ ਚਾਹੁੰਦਾ ਸੀਗਾ, ਇਹ ਬਹੁਤ ਲੰਬੀ ਗੱਲ ਸੀ ਮੇਰੇ ਕੋਲ ਕਰਨ ਵਾਸਤੇ, ਲੇਕਿਨ ਟਾਈਮ ਆਪਣੇ ਕੋਲ ਨਹੀਂ ਹੈ, ਸੋ ਮੈਂ ਇੱਕ ਗੱਲ ਹੀ ਸਿਰਫ ਕਰਨੀ ਚਾਹੂੰਗਾ ਕਿ ਡਾਕਟਰ ਸਵਾਮੀਨਾਥਨ ਨੂੰ ਸ਼ਾਇਦ ਹੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਕਿਸਾਨਾਂ ਨੇ ਦੇਖਿਆ ਹੋਵੇ। ਜਿਹੜੇ ਅੱਜ ਦੀ ਪੀੜ੍ਹੀ ਦੇ ਲੋਕ ਨੇ, ਜਿੰਨੇ ਵੀ ਨੇ, ਉਹਨਾਂ ਨੂੰ ਸਿਰਫ ਸਵਾਮੀਨਾਥਨ ਦੇ ਨਾਂ ਨਾਲ ਜਾਣਦੇ ਆ। ਹੋ ਸਕਦਾ ਕਿ ਉਹਨਾਂ ਦਾ ਪੂਰਾ ਨਾਂ ਵੀ ਕਿਸੇ ਨੂੰ ਨਾ ਪਤਾ ਹੋਵੇ, ਪਰ ਉਹਨਾਂ ਨੂੰ ਪਤਾ ਹੈ ਕਿ ਸਵਾਮੀਨਾਥਨ ਇੱਕ ਰਿਪੋਰਟ ਹੈ ਤੇ ਰਿਪੋਰਟ ਉਹ ਲਾਗੂ ਕਰਨੀ ਬਣਦੀ ਹੈ। ਤੇ ਰਿਪੋਰਟ ਕੀ ਆ, ਉਹਦੇ ਵਿੱਚ ਵੀ ਕਿਸੇ ਵੀ ਕਿਸਾਨ ਨੇ ਉਹ ਪੜ੍ਹੀ ਨਹੀਂ ਹੈ। ਮੈਂ ਵੀ ਦਾਅਵਾ ਕਰੂੰਗਾ ਕਿ ਕਿਸੇ ਵੀ ਕਿਸਾਨ ਨੇ ਉਹ ਪੜ੍ਹੀ ਨਹੀਂ ਹੋਣੀ ਰਿਪੋਰਟ। ਉਹਨਾਂ ਦੀ ਰਿਪੋਰਟ ਹੈ ਕੀ ਸੀ, ਉਹਦਾ ਸਿਰਫ ਇੱਕੋ ਹੀ ਪਹਿਲੂ ਉਹਨਾਂ ਨੂੰ ਯਾਦ ਹੈ ਕਿ ਡਾਕਟਰ ਸਵਾਮੀਨਾਥਨ ਨੇ ਕਿਹਾ ਸੀਗਾ ਕਿ 50% MSP ਉੱਤੇ ਜਿਹੜਾ ਹੈਗਾ ਕਿਸਾਨਾਂ ਨੂੰ ਪ੍ਰੋਫਿਟ ਮਿਲਣਾ ਚਾਹੀਦਾ। ਬਸ ਇਸ ਤੋਂ ਇਲਾਵਾ ਕੁਛ ਨਹੀਂ ਹੈ, ਜਦਕਿ ਉਹ ਰਿਪੋਰਟ ਜਿਹੜੀ ਹੈ ਐਡੀ ਵਿਰੱਧ ਆਕਾਰ ਦੀ ਰਿਪੋਰਟ ਹੈ। ਉਸ ਦੇ ਵਿੱਚ ਉਹਨਾਂ ਨੇ ਰੂਰਲ ਸਿਸਟਮ ਦੇ ਉੱਤੇ ਗੱਲ ਕੀਤੀ ਹੈ, ਰੂਰਲ ਇਕਾਨਮੀ ਦੇ ਉੱਤੇ ਗੱਲ ਕੀਤੀ ਹੈ, ਰੂਰਲ ਹੈਲਥ ਦੇ ਉੱਤੇ ਗੱਲ ਕੀਤੀ ਹੈ, ਰੂਰਲ ਐਜੂਕੇਸ਼ਨ ਦੇ ਉੱਤੇ ਗੱਲ ਕੀਤੀ ਹੋਈ ਹੈ। ਮੈਨੂੰ ਲੱਗਦਾ ਕਿ ਉਹ ਕਿਸੇ ਨੇ ਵੀ ਨਹੀਂ ਪੜ੍ਹੀ, ਪਰ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਔਰ ਗੁਜਰਾਤ ਤੋਂ ਲੈ ਕੇ ਜਿਹੜਾ ਵੈਸਟ ਬੰਗਾਲ ਤੱਕ ਜਿੰਨੇ ਵੀ ਕਿਸਾਨ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਸਵਾਮੀਨਾਥਨ ਕੌਣ ਸੀ ਤੇ ਕੀ ਕਰਕੇ ਗਏ ਸਾਡੇ ਲਈ। ਮੈਂ ਤਾਂ ਸਿਰਫ ਇਹ ਅੱਜ ਜਦੋਂ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀ, ਉਹਨਾਂ ਦੀ ਖਬਰਾਂ ਬਾਰੇ, ਤਾਂ ਸਰਕਾਰਾਂ ਨੇ ਮਤਲਬ ਬਹੁਤ ਔਖੀਆਂ ਟਾਸਕ ਉਹਨਾਂ ਨੂੰ ਦਿੱਤੀਆਂ ਸੀਗੀਆਂ ਕਿਸੇ ਟਾਈਮ ਜਦੋਂ ਸਾਡਾ ਕੰਟਰੀ ਜਿਹੜਾ ਹੈ ਉਹ ਭੁੱਖਮਰੀ ਦੀ ਕਗਾਰ 'ਤੇ ਸੀ। ਸਾਡੇ ਕੋਲ ਸਿਰਫ ਕੰਟਰੀ ਕੋਲ 1 ਹਫ਼ਤੇ ਦਾ ਖਾਣਾ ਰਹਿ ਗਿਆ ਸੀ। ਉਹ ਟਾਸਕ ਵੀ ਉਹਨਾਂ ਨੂੰ ਦਿੱਤੀ ਸੀਗੀ ਕਿ ਅਗਲੇ ਸਾਲ ਇਹ ਨਾ ਨੌਬਤ ਆਏ, ਇਸ ਸਾਲ ਕਿਸੇ ਤਰ੍ਹਾਂ ਸਾਨੂੰ ਕਢਾਓ ਇਹਦੇ ਵਿੱਚੋਂ। ਤਾਂ ਉਹ ਡਾਕਟਰ ਸਵਾਮੀਨਾਥਨ ਸੀਗੇ ਜਿਨ੍ਹਾਂ ਨੇ ਉਸ 'ਚੋਂ ਸਾਨੂੰ ਉਸ ਦੌਰ 'ਚੋਂ ਸਾਨੂੰ ਕੱਢਿਆ। ਅਤੇ ਉਹਨਾਂ ਨੂੰ ਦੇਖੋ ਪਦਮ ਸ਼੍ਰੀ ਕਾਫੀ ਉਹ ਮਿਲਣੇ, ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਵੀ ਮਿਲਿਆ, ਪਰ ਕੀ ਉਹ ਸੱਚਮੁੱਚ ਭਾਰਤ ਰਤਨ ਦੇ ਹੱਕਦਾਰ ਨਹੀਂ? ਜਿਹੜੇ ਭਾਰਤ ਦੇ ਇਕੱਲੇ ਇਕੱਲੇ ਕਿਸਾਨ ਦੇ ਦਿਲ 'ਚੋਂ ਵਸ ਰਹੇ ਹੈ, ਕੀ ਉਹਨਾਂ ਨੂੰ ਇਹ ਮਿਲਣਾ ਚਾਹੀਦਾ ਕਿ ਨਹੀਂ? ਬਸ ਮੈਂ ਅੱਜ ਇੰਨੀ ਕੀ ਗੱਲ ਕਰਨੀ ਸੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।